ਖਰੜਾ ਹਲਕੇ ਦੇ ਵਿੱਚ 11 ਸਾਰੀਆਂ ਲੋਟੂ ਸਰਕਾਰ ਕੋਈ ਕਿਸੇ ਦਾ ਵਿਕਾਸ ਨਹੀਂ ਚਾਹੁੰਦਾ ਸਿੱਧੀ ਸਪਸ਼ਟ ਗੱਲ ਹੈ ਇਹ ਆਪਣਾ ਘਰ ਪਰ ਨਾ ਜਾਉਂਦਾ ਵਿਕਾਸ ਪਾਰਟੀ ਦੇ ਵਿਧਾਇਕ ਨੇ ਸਾਡਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਕਿ ਇਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਅਸੀਂ ਬਾਰ ਬਾਰ ਕਿਹਾ ਕਿ ਅਸੀਂ ਹਰ ਜਗ੍ਹਾ ਤੇ ਫੰਡ ਦਿੰਦੇ ਨੇ ਹਰੇਕ ਪਿੰਡ ਪਿੰਡ ਚ ਸਰ ਸਾਡੇ ਮੂੰਹ ਤੇ ਲਿਆਓ ਅਸੀਂ ਡਿਬੇਟ ਕਰਨ ਵਾਸਤੇ ਪਿੰਡ ਦੇ ਬੈਠੇ ਤਿਆਰ ਆ ਸਾਡੇ ਨਾਲ ਚੰਨੀ ਸਾਹਿਬ ਆਜ ਵੀ ਚੰਨੀ ਨਹੀਂ ਕਿਹਾ ਸਰ ਚੰਨੀ ਸਾਹਿਬ ਆਜ ਵੀ ਮੇਰੇ ਪੜੋਸੀ ਪਿੰਡ ਦੇ ਆ ਪਿਛਲੇ 25 ਸਾਲਾਂ 'ਚ ਸ਼ਾਇਦ ਸਾਡੇ ਪਿੰਡ 'ਚ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਇਸ ਵਾਰ ਅਸੀਂ ਇਹ ਹੀ ਸੋ ਦਲੋ ਹੋਵੇ ਸਾਡੇ ਵਿਕਾਸ ਹੋਵੇ ਸਾਡਾ ਆਉਣ ਵਾਲਾ ਫਿਚਰ ਵਧੀਆ ਲੰਗੇ ਪਹਿਲਾਂ ਇਹ ਛੁੱਟੇ ਵਾਦੇ ਕਰਦੇ ਸਾਰੇ ਜੀ ਬਾਅਦ ਵਿੱਚ ਜਦੋਂ ਆਂਦੇ ਇਹ ਆਪਣੇ ਆਪਣੇ ਪੈਸੇ ਖਾਣ ਲੱਗ ਜਾਂਦੇ ਹੀ ਬਸ ਅਸੀਂ ਹੁਣ ਸਵਾਲ ਕਰਾਂਗੇ ਜੀ ਉਹਨਾਂ ਨੂੰ ਅੱਗੇ ਆਉਣ ਵਾਲੇ ਟਾਈਮਾਂ 'ਚ ਵੀ ਹਾਂ ਦੱਸੋ ਕੀ ਕੀਤਾ ਜੀ ਤੁਸੀਂ ਉਹ ਹੈਲਥ ਦਾ ਤੇ ਤੁਹਾਡਾ ਸਿੱਖਿਆ ਦਾ ਸਭ ਤੋਂ ਪਹਿਲਾ ਅਸਰ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਏਬੀਪੀ ਸਾਂਝਾ ਮੈਂ ਹਾਂ ਹਰਪਿੰਦਰ ਸਿੰਘ ਇਸ ਵਕਤ ਅਸੀਂ ਮੌਜੂਦ ਹਾਂ ਖਰੜ ਹਲਕੇ ਦੇ ਵਿੱਚ ਖਰੜ ਹਲਕੇ ਦਾ ਪਿੰਡ ਹੈ ਜਕਣ ਮਾਜਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਖਰੜ ਸ਼ਹਿਰ ਹੈ ਤੇ ਇਸ ਸ਼ਹਿਰ ਦੇ ਵਿੱਚ ਅਸੀਂ ਜਾਣਾਂਗੇ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਵੱਲੋਂ ਸਰਕਾਰ ਰਹੀ ਹੈ ਪਿਛਲੇ 5 ਸਾਲਾਂ ਦੇ ਵਿੱਚ ਕੀ ਇਸ ਹਲਕੇ ਦਾ ਵਿਕਾਸ ਹੋਇਆ ਜਾਂ ਨਹੀਂ ਤੇ ਕਿਸ ਮੁੱਦਿਆਂ ਨੂੰ ਲੈ ਕੇ ਇਸ ਹਲਕੇ ਦੇ ਲੋਕਾਂ ਦੇ ਵੱਲੋਂ ਇਸ ਵਾਰ ਵੋਟਿੰਗ ਦਿੱਤੀ ਗਈ ਹੈ ਲੋਕਾਂ ਨਾਲ ਗੱਲਬਾਤ ਕਰਦੇ ਆ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹੇ ਨੇ ਭਾਵੇਂ ਥੋੜੇ ਦਿਨ ਰਹੇ ਨੇ ਪਰ ਸਰਕਾਰ ਕਾਂਗਰਸ ਦੀ ਰਹੀ ਹੈ ਇਨ ਇਥੇ ਇਹੋ ਉਹਨਾਂ ਦਾ ਸ਼ਹਿਰ ਆ ਖਰੜ ਖਰੜ ਦੇ ਨਾਲ ਤੁਹਾਡਾ ਬਿਲਕੁਲ ਪਿੰਡਾ ਇੱਥੇ ਦਾ ਵਿਕਾਸ ਹੋਏ ਹੋਗਾ ਪਿਛਲੇ 5 ਸਾਲਾਂ ਵਿੱਚ ਤੁਸੀਂ ਗੱਲ ਕੀਤੀ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਕੇ ਖਰੜ ਸ਼ਹਿਰ ਦੇ ਰਹਿੰਦੇ ਆ ਸ਼ਾਇਦ ਤੁਹਾਨੂੰ ਨੌਲੇਜ ਨਹੀਂ ਹੋਏਗੀ ਕਿ ਇੱਥੋਂ ਸਾਹਮਣੇ ਨਗਰ ਦਿਖਦਾ ਏ ਤੇ ਐਨੀ ਨਗਰ ਤੇ ਹੀ ਚੰਨੀ ਸਾਹਿਬ ਦਾ ਜਤੀ ਪਿੰਡ ਪਚੌਲੀ ਹੈਗਾ ਤੇ 111 ਦਿਨਾਂ ਦੇ ਵਿੱਚ ਉਹ ਆਪਣਾ ਸਰਕਾਰੀ ਟੇਬਲ ਬਣੇ ਪਿੰਡ ਨੂੰ ਨਹੀਂ ਦੇ ਸਕੇ ਤੇ ਸਾਡੇ ਪਿੰਡੋਂ ਪਾਣੀ ਉਹਨਾਂ ਦੇ ਪਿੰਡ ਨੂੰ ਦਿੱਤਾ ਜਾਂਦਾ ਸਾਡੇ ਪਿੰਡ ਦਾ ਕੋਈ ਚੰਨੀ ਸਾਹਿਬ ਦੇ ਇਹ ਆ ਪਹਿਲਾ ਕੈਪਟਨ ਸਾਹਿਬ ਸੀਗੇ ਕੋਈ ਵਿਕਾਸ ਨਹੀਂ ਹੋਇਆ ਤੁਹਾਨੂੰ ਕੀ ਲੱਗਦਾ ਕਿ ਫਿਰ ਵਿਕਾਸ ਕਿਉਂ ਨਹੀਂ ਹੋ ਸਕਿਆ 5 ਸਾਲਾਂ ਦੇ ਵਿੱਚ ਵਿਕਾਸ ਗਪਹਿਲੀ ਗੱਲ ਤਾਂ ਇਹ ਜੀ ਸਰਕਾਰਾਂ ਸਾਰੀਆਂ ਲੋਟੂ ਸਰਕਾਰਾਂ ਜੀ ਕੋਈ ਕਿਸੇ ਦਾ ਵਿਕਾਸ ਨਹੀਂ ਚਾਹੁੰਦਾ ਸਿੱਧੀ ਸਪਸ਼ਟ ਗੱਲ ਹੈ ਇਹ ਆਪਣਾ ਘਰ ਭਰ ਨਾ ਚਾਹੁੰਦੇ ਜੀ ਰੇਤੇ ਸਾਡੇ ਸਵਾਲੀ ਰੇਤੇ ਦੀ ਖੱਡ ਚੱਲਦੀ ਹੈ ਜੀ ਪਿੱਛੇ ਸਵਾਲੀ ਪਿੰਡ ਪੈਂਦਾ ਲੋਨ ਕਹਿਣ ਦੇ ਨਾਂ ਤੇ ਕੋ ਖੱਡ ਬੰਦਾ ਜੀ ਪਰੰਤੂ ਉਹ ਚੱਲ ਰਹੀ ਹੈ ਜੀ 2 ਨੰਬਰ ਚ ਪਿੱਛੋਂ ਸਾਰੇ ਰੇਤੇ ਟਰਾਲੀਆਂ ਸਾਡੇ ਸੜਕਾਂ ਨੂੰ ਲੰਘਦੀਆਂ ਜੀ ਬੁਰਾ ਹਾਲ ਹੈ ਜੀ ਪਿੰਡਾਂ ਦਾ ਪਿੱਛੇ ਜਾ ਕੇ ਦੇਖੋ ਜੀ ਸਾਡਾ ਪਿੰਡ ਦਾ ਫੇਰ ਵੀ ਚਲੋ ਅਸੀਂ ਕਹਿੰਨੇ ਆ ਚਲੋ ਅਸੀਂ ਆਪਣੇ ਕਲਮੈ ਕਲੱਬ ਦਾ ਪ੍ਰਧਾਨ ਆ ਜੀ ਆਪਣੇ ਪਿੰਡ ਦਾ ਇੱਥੇ ਮੈਂ ਆਪਣੇ ਲੈਵਲ ਤੇ ਅਸੀਂ ਪਿੰਡ ਦੇ ਮੁੰਡਿਆਂ ਨੇ ਇਕੱਠੇ ਹੋ ਕੇ ਸਾਰਿਆਂ ਨੇ ਜੀ ਅਸੀਂ ਜਿਹੜੀ ਸਾਡੇ ਪਿੰਡ ਤੋਂ ਹਲਾਲਪੁਰ ਨੂੰ ਸੜਕ ਜਾਂਦੀ ਹੈ ਉਹ ਸਾਰੀ ਅਸੀਂ ਆਪਣੇ ਤੌਰ ਤੇ ਅਸੀਂ ਪੈਸੇ ਇਕੱਠੇ ਕਰਕੇ ਟਰਾਲੀ ਵਾਲਿਆਂ ਨੂੰ ਰੋਕ ਕੇ ਉਹਨਾਂ ਤੋਂ ਰੋੜਾ ਪਵਾ ਕੇ ਪਹਿਲਾਂ ਆ ਪੱਕੀ ਕਰਵਾਈ ਸੀ ਉਹ ਪੱਕੀ ਕਰਵਾਈ ਹੈ ਸਰਕਾਰ ਨੂੰ ਕਹਿ ਕੇ ਮਸਾਈ ਉਹ ਮੁੜ ਕੇ ਤੁਸੀਂ ਪਿਛਲੀ ਸੜਕ ਟੁੱਟ ਗਈ ਥੀ ਉਡ ਵਾਲੀ ਇਹ ਤਾਂ ਨਹੀਂ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਕਿ ਤਾਂ ਇਸ ਤੇ ਵਿਕਾਸ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸਾਡਾ ਸਭ ਤੋਂ ਵੱਧ ਨੁਕਸਾਨ ਕੀਤਾ ਜੀ ਇਸ ਵਾਰੀ ਹੁਣ ਜਿਹੜੇ ਆਉਣੇ ਉਹਨਾਂ ਦਾ ਪਤਾ ਨਹੀਂ ਜੀ ਜਿਹੜਾ ਪਿਛਲੀ ਵਰੀ ਸੀ ਬਣਾ ਕੇ ਭੇਜਿਆ ਸੀਗਾ ਜੀ ਉਹ ਬੰਦੇ ਨੇ ਹਲਕੇ ਸਾਡੀ ਸਾਰ ਨਹੀਂ ਲਈ ਜੀ ਮੁੜ ਕੇ ਬਣ ਕੇ ਆਏ ਨਹੀਂ ਜੀ ਸਾਨੂੰ ਇੱਥੇ ਦਰਸ਼ਨ ਨਹੀਂ ਦਿੱਤੇ ਮੈਂ ਟਿੰਕੂ ਕਹਿੰਦਾ ਆਪਣਾ ਨਾਮ ਮੇਰਾ ਟਿੰਕੂ ਹੈ ਜੀ ਮੇਰੇ ਪਿੰਡ 'ਚ ਮੈਂ ਕਹਿੰਦਾ ਵੀ ਮੇਰੇ ਨਾਲ ਬਿਠਾ ਦੇਣਾ ਮੇਰੇ ਨਾਲ ਬੈਠ ਕੇ ਡਿਬੇਟ ਕਰ ਲੈਣਾ ਮੈਂ ਉਹਨਾਂ ਨੂੰ ਪੁੱਛਾਂਗਾ ਕਿ ਕਿਹੜਾ ਕੰਮ ਕਰਿਆ ਮੈਨੂੰ ਇੱਕ ਕੰਮ ਗਣਾ ਦੇਣੀ ਕਿ ਕਮਰ ਸੰਧੂ ਨੇ ਕਦੀ ਸਾਡੇ ਪਿੰਡ ਗੇੜਾ ਵੀ ਮਾਰਿਆ ਹੋਵੇ ਨਹੀਂ ਕਿਤੇ ਮੈਂ ਕਹਿ ਰਿਹਾ ਵੀ ਕਾਂਗਰਸ ਨੇ ਤਾਂ ਹੀ ਨਹੀਂ ਇੱਥੇ ਵਿਕਾਸ ਕੀਤਾ ਕਿ ਵਿਧਾਇਕ ਇੱਥੋਂ ਆਵਾ ਨਹੀਂ ਪਹਿਲਾਂ ਜਗਮੂਨ ਸਿੰਘ ਕੰਗ ਸੀਗੇ ਜੀ ਉਹਨਾਂ ਦਾ ਵੀ ਇਹੀ ਹਾਲ ਹੈ ਜੀ ਉਹ ਕਹਿੰਦੇ ਵੀ ਮੈਨੂੰ ਇੱਥੇ ਲਾਇਆ ਹੋਇਆ ਇੰਚਾਰਜ ਦੇ ਹਲਕਾ ਇੰਚਾਰਜ ਲਾਇਆ ਹੋਇਆ ਉਹਨਾਂ ਦਾ ਮੁੰਡਾ ਇੱਥੇ ਆਪਣਾ ਚੇਅਰਮੈਨ ਲੱਗਿਆ ਹੋਇਆ ਜੀ ਠੀਕ ਹੈ ਬਲਾਕ ਸਮਤੀ ਦਾ ਜੀ ਉਹਨਾਂ ਨੇ ਨਹੀਂ ਕੋਈ ਕੰਮ ਕਰਿਆ ਜੀ ਕਾਂਗਰਸ ਸਰਕਾਰ ਨੇ ਵੀ ਕੋਈ ਕੰਮ ਨਹੀਂ ਕਰਿਆ ਜੀ ਇੱਥੇ ਕੋਈ ਸਰਕਾਰ ਕੰਮ ਕਰ ਕਰ ਮਾ ਇਹਨਾਂ ਤੇ ਸਿੱਧਾ ਸਪਸ਼ਟ ਰਣਨੀਤੀ ਬਣਨੀ ਚਾਹੀਦੀ ਹੈ ਜੀ ਇਹਨਾਂ ਤੇ ਪਰਚੇ ਹੋਣੇ ਚਾਹੀਦੇ ਆ ਪਹਿਲੀ ਗੱਲ ਤਾਂ ਇਹਨਾਂ ਦੇ ਜਿਹੜੇ ਦਾਅਵੇ ਇਹ ਕਰਦੇ ਆ ਜੀ ਵਾਅਦੇ ਕਰਕੇ ਜਾਂਦੇ ਆ ਉਹਨਾਂ ਦੇ ਮੁਤਾਬਕ ਜੇਕਰ ਕੰਮ ਨਹੀਂ ਹੁੰਦਾ 5 ਸਾਲਾਂ 'ਚ ਤਾਂ ਇਹਨਾਂ ਨੂੰ ਦੁਬਾਰੇ ਟਿਕਟ ਨਹੀਂ ਮਿਲਣੀ ਚਾਹੀਦੀ ਜੀ ਜਿਹੜੇ ਹਲਕੇ 'ਚ ਇੱਥੇ ਵਿਧਾਇਕ ਵਿਧਾਇਕ ਆਏ ਹੋਣੇ ਜਾਂ ਕੋਈ ਹੋਰ ਲੀਡਰ ਆਏ ਹੋਣੇ ਉਹਨਾਂ ਨੂੰ ਸਵਾਲ ਜਵਾਬ ਕੀਤਾ ਦੇਖੋ ਸਵਾਲ ਜਵਾਬ ਤਾਂ ਮੈਂ ਕੀਤਾ ਨਹੀਂ ਆ ਪਹਿਲੀ ਉਹਨਾਂ ਆਪਣੇ ਪੰਚਾਇਤ ਸਰਪੰਚ ਪੰਚਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੇ 5 ਸਾਲ ਜੋ ਵੀ ਐਮਐਲ ਆਂਦਾ ਕੋਈ ਗਾਰੰਟੀ ਨਹੀਂ ਸਾਨੂੰ ਦਿੰਦੇ ਵੀ ਇਹਨਾਂ ਨੂੰ ਬੁਲਾਉਂਦੇ ਕਿਉਂ ਪਿੰਡ ਦੇ ਵਿੱਚ ਨਾ ਹੀ ਪਿੰਡ ਦੇ ਵਿੱਚ ਕਲੀਨਿਕ ਹੈ ਕੋਈ ਹੁਣ ਸਾਨੂੰ ਕਲੀਨਿਕ ਚ ਕੋਈ ਘਰ ਦਾ ਬਿਮਾਰ ਹੁੰਦਾ ਸਾਨੂੰ ਤੀੜ ਜਾਣਾ ਪੈਂਦਾ ਨਾਲ ਦੇ ਪਿੰਡ ਸੜਕ ਟੁੱਟੀ ਹੋਈ ਹੈ ਠੀਕ ਹੈ ਨਾ ਹੀ ਪਿੰਡ ਦੇ ਵਿੱਚ ਕੋਈ ਬੱਸ ਹੈ ਨਾ ਹੀ ਪਿੰਡ ਦੇ ਵਿੱਚ ਜਿਮ ਹੈ ਹੁਣ ਸਾਡੇ ਵਰਗਾ ਕੋਈ ਜਿਮ ਜਾਂਦੇ ਸੀ ਖੜੜ ਜਾਂਦੇ ਸੀ ਅਸੀਂ ਐਨੀ ਦੂਰ ਹੁਣ ਇੱਥੇ ਕੋਈ ਜਿਮ ਨਹੀਂ ਹੈ ਕੋਈ ਜਿਮ ਹੋਣੀ ਹੈ ਸਮਾਨ ਨਹੀਂ ਹੈ ਇਹ ਇਸ ਵਾਰ ਤੁਸੀਂ ਪੰਚਾਇਤ ਨੂੰ ਵੀ ਸੋਚਣਾ ਚਾਹੀਦਾ ਵੀ ਇਹ ਕੰਮ ਜ਼ਰੂਰੀ ਹੋਣਾ ਜਿਹੜਾ ਟਾਈਮ 'ਚ ਯੂਥ ਨਸ਼ੇ ਵਿੱਚ ਕਾਤੇ ਲੱਗਦੇ ਆਪਾਂ ਮੇਲੇ ਸਾਰਾ ਦਿਨ ਆਪਾਂ ਫੋਨ ਚਲਾਉਂਦੇ ਐਡੀ ਕਾਲ ਕਰੀਏ ਪੰਜ ਸਾਹਿਬ ਤੁਹਾਡੇ ਨਾਲ ਗੱਲ ਕਰਦੇ ਨੇ ਪੰਜ ਸਾਹਿਬ ਨੂੰ ਮੈਂ ਕਹਿੰਦਾ ਮੈਂ ਕੈਸੀ ਗੱਲ ਕਰ ਰਿਹਾ ਵੀ ਬੱਚਿਆਂ ਬਾਤ ਹੈ ਜਿਹੜੇ ਟਾਈਮ ਤੇ ਪੈਰ ਮੇਨ ਗੱਲ ਦਾ ਸਪੋਰਟਸ ਹੈ ਔਰ ਇੱਕ ਮਿੰਟ ਪੰਜ ਸਾਹਿਬ ਤੁਸੀਂ ਜਵਾਬ ਲੈ ਲਓ ਤੇ ਇਹ ਕਹਿ ਰਹੇ ਨੇ ਕਿ ਪੰਜ ਸਾਹਿਬ ਨੂੰ ਵੀ ਥੋੜੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਜਿਮ ਖੋਲਣੇ ਤੇ ਚੱਕਰ ਨੂੰ ਪੂਰੀ ਤਿਆਰ ਹੈ ਜੀ ਠੀਕ ਹੈ ਜੀ ਪਰ ਅਸੀਂ ਸਾਨੂੰ ਇਹ ਦੱਸੋ ਸਾਡੇ ਕੋਲ ਚਾਰਾ ਕੀ ਹੈ ਸਾਧਨ ਕੀ ਹੈ ਕਮਾਈ ਦਾ ਸਾਨੂੰ ਇਹ ਦੱਸੋ ਜਿਹੜੀ ਅਸੀਂ ਸਰਪੰਚਾਈਤੀ ਜ਼ਮੀਨ ਦੀ ਬੋਲੀ ਲੱਗਦੀ ਹੈ ਜੀ ਉਹਦੇ ਚ ਉਹ ਸਰਕਾਰ ਨੇ ਸਾਨੂੰ ਗ੍ਰਾਂਟ ਤਾਂ ਕੀ ਦੇਣੀ ਹੈ ਜੀ ਸਾਡੀ ਪਿੰਡ ਦੀ ਜਿਹੜੀ ਪੰਚਾਇਤ ਸਰਬਸਮੰਦੀ ਨਾਲ ਬਣੀ ਹੋਈ ਹੈ ਉਦੋਂ ਤਾਂ ਅਸੀਂ ਦਾਅਵੇ ਕਰਦੇ 2.5 ਲੱਖ ਰੁਪਏ ਸੀ ਸਰਬਸਮੰਦੀ ਨਾਲ ਬਣੀ ਪੰਚਾਇਤ ਨੂੰ ਦਵਾਂਗੇ ਪਿੰਡ ਦੇ ਵਿਕਾਸ ਵਾਸਤੇ ਠੀਕ ਹੈ ਜੀ ਉਲਟ ਸਾਡੀ ਜਿਹੜੀ ਜ਼ਮੀਨਾਂ ਦੀ ਬੋਲੀ ਲੱਗਦੀ ਹੈ ਜ਼ਮੀਨਾਂ ਅਸੀਂ ਆਪਣੀ ਪੰਚਾਇਤੀ ਜ਼ਮੀਨਾਂ ਠੇਕੇ ਦੇ ਦੰਨੇ ਆ ਉਹ ਚੋ ਵੀ ਅਸੀਂ 30000 ਰੁਪਏ ਪੰਚਾਇਤ ਪੰਚਾਇਤ ਜਾ ਕੇ ਮਜ਼ਦਰੀ ਜਮ੍ਹਾਂ ਕਰਾਇਆ ਜੀ ਸਾਡੇ ਕੋਲ ਤਾਂ ਆਮਦਨ ਦੇ ਸਾਧਨ ਚੋ ਵੀ ਅਸੀਂ ਪੈਸੇ ਜਾ ਕੇ ਉੱਥੇ ਜਮ੍ਹਾਂ ਕਰਾਇਆ ਗ੍ਰਾਂਟ ਸਾਡੇ ਕੋਲ ਆਈ ਕੋਈ ਨਹੀਂ ਅਸੀਂ ਪਿੰਡ ਚ ਕੀ ਕਰੀਏ ਪੰਜ ਸਾਲ ਜਿੱਕ ਵੀ ਗ੍ਰਾਂਟ ਕਿਹੜੀ ਇੱਕ ਵੀ ਨਹੀਂ ਆਈ ਜੀ ਦੱਸੋ ਕਿਹੜੀ ਗ੍ਰਾਂਟ ਆਈ ਹੈ ਉਲਟ 30000 ਰੁਪਏ ਅਸੀਂ ਜਮ੍ਹਾਂ ਕਰਾਇਆ ਜੀ ਜਾ ਕੇ ਪੰਜ ਸਾਲ ਦੇ ਵਿੱਚ ਗ੍ਰਾਂਟ ਆਈ ਹੈ ਸਰ ਫਿਰ ਇਹ ਮੰਗਿਆ ਜਾ ਕੇ ਤੁਸੀਂ ਕਿ ਨਹੀਂ ਮੰਗੇ ਅਸੀਂ ਮੰਗ ਕੇ ਆਏ ਜੀ ਜਾ ਕੇ ਜੁਰ ਤੋਂ ਸਾਨੂੰ ਲਾਰੇ ਲੱਗ ਜਾਂਦੇ ਜੀ ਠੀਕ ਹੈ ਹੁਣ ਦਵਾਂਗੇ ਜੀ ਚੈੱਕ ਭੇਜ ਦੰਦੇ ਜੀ ਆਪਾਂ ਇਹ ਆ ਸਾਡੇ ਕੋਲ ਹੁਣ ਵੀ ਦੋ ਤਿੰਨ ਚੈੱਕ ਪਏ ਆ ਜੀ ਕਲੀਅਰ ਹੀ ਨਹੀਂ ਹੁੰਦੇ ਕੀ ਕਰੀਏ ਜੀ ਜਾ ਕੇ ਲਾਉਨੇ ਆ ਪਿੱਛੋਂ ਉਹ ਕਹਿੰਦੇ ਜੀ ਖਜ਼ਾਨਾ ਖਾਲੀ ਹੈ ਜਦੋਂ ਆਉਣਗੇ ਦੇ ਦਾਂਗੇ ਸਰਬ ਸੰਬੰਧੀ ਦੇ ਪੈਸੇ ਨਹੀਂ ਆਏ ਜੀ ਹੋਰ ਤਾਂ ਕੀ ਦੇਣਗੇ ਦੇਖੋ ਪੰਚਾਇਤ ਤਾਂ ਫੇਰੀ ਪਿੰਡ ਦੀ ਡਵੈਲਪ ਕਰੂਗੀ ਜੇ ਪੰਚਾਇਤ ਕੋਲ ਫੰਡ ਆਉਣਗੇ ਪਿੱਛੋਂ ਆਉਣਗੇ ਸੇ ਬਾਰ ਬਾਰ ਕਿਹਾ ਕਿ ਅਸੀਂ ਹਰ ਜਗ੍ਹਾ ਤੇ ਫੰਡ ਦਿੰਦੇ ਨੇ ਹਰੇਕ ਪਿੰਡ ਪਿੰਡ ਚ ਸਰ ਸਾਡੇ ਮੂੰਹ ਤੇ ਲਿਆਓ ਅਸੀਂ ਡਿਬੇਟ ਕਰਨ ਵਾਸਤੇ ਪਿੰਡ ਦੇ ਬੈਠੇ ਤਿਆਰ ਆਂ ਸਾਡੇ ਨਾਲ ਚੰਨੀ ਸਾਹਿਬ ਆਜਵੇ ਚੰਨੀ ਨਹੀਂ ਕਿਹਾ ਸਰ ਚੰਨੀ ਸਾਹਿਬ ਆਜਵੇ ਮੇਰੇ ਪੜੋਸੀ ਪਿੰਡ ਦੇ ਆ ਮੇਰੇ ਵੱਡੇ ਬ੍ਰਦਰ ਦੇ ਦੇ ਕਲਾਸ ਮੈਲੂ ਰਹੇ ਹੋਏ ਆ ਹੋਰ ਦਸੋ ਤੇ ਸਾਡੇ ਘਰਾਂ ਚ ਖਿਲ ਕੇ ਗਿਆ ਚੰਨੀ ਕੋਈ ਵੱਡੀ ਗੱਲ ਨਹੀਂ ਹੈ ਆ ਦੋ ਤੋਂ ਅੱਧਾ ਕਿਲੋਮੀਟਰ ਹੈ ਜੀ ਪਝੌਲੀ ਪਿੰਡ ਹੈਗਾ ਖਰਸ਼ਾ ਸਿੰਘ ਦਾ ਪੋਤਾ ਹੈਗਾ ਜੀ ਜਿੰਨੀ ਹੋਰ ਦੱਸ ਦਿੰਦੇ ਸੀ ਤੁਹਾਨੂੰ ਇੱਥੇ ਤੇ ਸਾਡੇ ਨਾਲ ਡਿਬੇਟ 'ਚ ਬੈਠ ਜਾਵੇ ਅਸੀਂ ਕੋਈ ਲੜਦੇ ਨਹੀਂ ਕੋਈ ਕੁਝ ਨਹੀਂ ਕਰਦੇ ਸਾਡਾ ਵੱਡਾ ਭਰਾ ਹੈਗਾ ਸਾਨੂੰ ਇੱਕ ਵਾਰੀ ਦੱਸ ਦਵੇ ਆ ਕਿ ਵੀ ਅਸੀਂ ਆਹ ਗ੍ਰਾਂਡ ਦਿੱਤੀ ਹੈ ਆਹ ਇੱਥੇ ਅਸੀਂ ਖੜੇ ਹਾਂ ਜੀ ਉਹਨਾਂ ਕੋਲ ਗਏ ਨਹੀਂ ਤੁਹਾਡੇ ਤਾਂ ਆਪਣੇ ਸ਼ਹਿਰ ਦੇ ਨੇ ਗੱਲਬਾਤ ਵੀ ਨਹੀਂ ਕੀਤੀ ਜਾ ਕੇ ਜਦੋਂ ਬਣੇ ਮਿਲਦਾ ਹੀ ਨਹੀਂ ਸੀਗੇ ਜੀ ਮਿਲਦਾ ਹੀ ਨਹੀਂ ਸੀਗੇ ਉਹ ਤਾਂ ਕਹਿੰਦਾ ਮੈਂ ਆਮ ਆਮ ਪਰਿਵਾਰ ਚੋਂ ਮੈਂ ਹਰੇਕ ਨੂੰ ਮਿਲ ਸਰ ਚੈਨਲ ਦੇ ਮੁਰੇ ਹੋ ਕਹਦੇ ਆਂ ਪਰਵਾਰ ਹੈ ਸੇ ਕਰਾ ਲਓ ਸੀ ਕਹਿੰਦੇ ਸਭ ਕੁਝ ਕਰਦੇ ਐ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਸਾਡਾ ਪੰਡੂ ਭਾਈ ਹੈਗਾ ਐਸੀ ਨਹੀਂ ਕਹਿੰਦੇ ਵੀ ਨਹੀਂ ਹੈਗਾ ਪਰ ਲੇਕਿਨ ਸਾਨੂੰ ਗਰੰਟੀ ਨਹੀਂ ਦਿੱਤੀ ਜਦੋਂ ਅਸੀਂ ਮਿਲਣ ਜਾਂਦੀ ਸੀ ਪੰਚਾਇਤ ਬਕਾਇਦਾ ਅਸੀਂ ਗੈਲ ਪੰਚਾਇਤ ਦੇ ਜਾਂਦੇ ਨੇ ਨਹੀਂ ਮਿਲਿਆ ਸਾਨੂੰ ਆਹ ਜਿੱਥੇ ਅਸੀਂ ਮੌਜੂਦ ਗਰਾਊਂਡ ਬਣਾਇਆ ਹੈਗਾ ਇਹ ਸਾਡੀ 600 ਦੀ ਆਬਾਦੀ ਵਾਲਾ ਪਿੰਡ ਹੈਗਾ ਜੀ ਪਹਿਲਾਂ 96 ਘਰ ਦੇ ਹੁਣ ਵੱਧ ਕੇ ਸਾਡੇ ਪਿੰਡ ਦੇ ਘਰ ਆ ਗਏ ਜਿਹੜੇ 106 ਹੋ ਗਿਆ ਅਸੀਂ ਢਾਲ ਲਾ ਕੇ ਆਪਣੇ ਪੈਸਿਆਂ ਦਾ ਆਪਣੇ ਪੈਸਿਆਂ ਦਾ ਭਰਤਵਾ ਕੇ ਇੱਥੇ 40 40 ਫੁੱਟ ਡੂੰਘੇ ਟੋਏ ਪਏ ਸੀਗੇ ਪੱਠਾ ਚੱਲਦਾ ਸੀ ਕਿਸੇ ਟਾਲ ਲਾ ਕੇ ਵੋਟਾਂ ਇਕੱਠੀ ਕਰਕੇ ਫਿਰ ਪਰਤਵਾਗੇ ਆਪਣੇ ਬੱਚਿਆਂ ਲਈ ਇੱਥੇ ਤੱਕਰ ਖੜਾ ਕੀਤਾ ਹੁਣ ਜਿਹੜਾ ਕਮਿਊਨਿਟੀ ਸੈਂਟਰ ਵੀ ਆਦੇ ਵੀ ਸਾਨੂੰ ਸੁਪਨੇ ਦਿਖਾਏ ਗਏ ਸੀ ਕਿ ਤੁਸੀਂ ਕਮਿਊਨਿਟੀ ਸੈਂਟਰ ਦੀ ਗ੍ਰਾਂਟ ਲੈ ਲਓ 50 ਲੱਖ ਦੀ ਗ੍ਰਾਂਟ ਆ ਗਈ ਹੈ ਅਸੀਂ ਆਪਣੇ ਬੱਚਿਆਂ ਦਾ ਖੇਡ ਮੈਦਾਨ ਖਰਾਬ ਕਰਕੇ ਇਹ ਕਮਿਊਨਿਟੀ ਸੈਂਟਰ ਬਣਾ ਲਗੇ ਤੇ ਵੀ ਸਾਡਾ ਛੋਟਾ ਪਿੰਡ ਹੈਗਾ ਕਿਉਂਕਿ ਪਿਛਲੇ 25 ਸਾਲਾਂ ਚ ਸ਼ਾਇਦ ਸਾਡੇ ਪਿੰਡ ਚ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਅਸੀਂ ਇਹੀ ਸੋਚਦੇ ਸੀ ਕਿ ਗਰੀਬੀ ਨ ਜਾਂਦੇ ਆ ਖੇਤੀ ਦੇ ਵਿੱਚ ਕੋਈ ਪ੍ਰੋਫਿਟੇਬਿਲਟੀ ਨਹੀਂ ਰਹੀ ਕਿ ਚਲੋ ਸਾਡੀ ਪਿੰਡ ਨੇ ਈਆਂ ਪੈਣਾ ਕੋਈ ਵੀ ਫੰਕਸ਼ਨ ਹੈ ਇੱਥੇ ਕਰ ਲ ਅਸੀਂ ਤਾਂ ਵਿਕਾਸ ਦੇ ਨਾਲ ਨੂੰ ਵੋਟ ਦਿੱਤੀ ਹੈ ਜੀ ਵੀ ਸ਼ਾਇਦ ਇਹ ਨਵੀਂ ਸਰਕਾਰ ਆਵੇ ਜੀ ਸਾਡੇ ਪਿੰਡਾਂ ਦਾ ਵਿਕਾਸ ਹੋਵੇ ਸਾਨੂੰ ਪਿੰਡਾਂ 'ਚ ਸਹੂਲਤ ਮਿਲੇ ਸ਼ਹਿਰਾਂ ਵਾਲੀਆਂ ਹੁਣ ਸ਼ਹਿਰਾਂ 'ਚ ਦੇਖੋ ਜੀ ਮੈਡੀਕਲ ਸਟੋਰ ਸਾਰਾ ਕੁਝ ਨੇ ਜੀ ਡਾਕਟਰ ਨੇ ਜੀ ਸਭ ਕੁਝ ਹੈ ਜੀ ਤੇ ਸਾਡੇ ਪਿੰਡਾਂ ਦੇ ਲੋਕ ਛੱਡ ਕੇ ਪਿੰਡਾਂ ਨੂੰ ਸ਼ਹਿਰਾਂ 'ਚ ਜਾ ਰਹੇ ਆ ਜੀ ਕਿਉਂ ਉੱਥੇ ਸਹੂਲਤ ਹੈ ਜੀ ਕੁਝ ਵੀ ਫਿਰ ਵੀ ਸਾਨੂੰ ਸਹੂਲਤ ਮਿਲ ਰਹੀ ਹੈ ਸ਼ਹਿਰਾਂ 'ਚ ਏ ਜਦ ਕੇ ਆਪਾਂ ਨੂੰ ਪਿੰਡ 'ਚ ਇਹ ਕੋਈ ਸਹੂਲਤ ਨਹੀਂ ਜੀ ਹੈ ਇਸ ਵਾਰ ਸਹੀ ਇਹ ਹੀ ਸੋਚ ਕੇ ਵੋਟ ਦਿੱਤੀ ਹੈ ਵੀ ਸ਼ਾਇਦ ਨਵੀਂ ਸਰਕਾਰ ਆਏ ਸਨ ਬਦਲਾਅ ਹੋਏ ਸਾਡੇ ਵਿਕਾਸ ਹੋਏ ਸਾਡਾ ਆਉਣ ਵਾਲਾ ਫਿਊਚਰ ਵਧੀਆ ਲੰਗੇ ਲੱਗਦਾ ਕਿ ਜੇ ਨਵੀਂ ਸਰਕਾਰ ਕਾਂਗਰਸ ਤੋਂ ਬਿਨਾ ਹੋਰ ਕੋਈ ਪਾਰਟੀ ਆਉਂਦੀ ਹੈ ਕਿ ਵਿਕਾਸ ਹੋਊਗਾ ਵਿਕਾਸ ਤਾਂ ਦੇਖੋ ਪਹਿਲਾਂ ਇਹ ਝੂਠੇ ਵਾਅਦੇ ਕਰਦੇ ਸਾਰੇ ਜੀ ਬਾਅਦ 'ਚ ਜਦੋਂ ਆਂਦੇ ਇਹ ਆਪਣੇ ਆਪਣੇ ਪੈਸੇ ਖਾਣ ਲੱਗ ਜਾਂਦੇ ਜੀ ਬਸ ਪਹਿਲਾਂ ਆਪਣੇ ਹੇ ਕਹਿੰਦੇ ਸੜਕਾ ਬਣਾ ਦੋਗੇ ਜਾਂ ਆਪਣਾ ਗਲੀਆਂ ਬਣਾ ਦੋਗੇ ਹੋਰ ਸਕੂਲ ਬਣਾ ਦੋਗੇ ਲੇਕਿਨ ਇਹ ਸਭ ਝੂਠੇ ਵਾਦੇ ਹੋ ਜੀ ਲੱਗਦਾ ਵੀ ਜਿਹੜੀ ਨਵੀਂ ਵੀ ਆਊ ਫਿਰ ਉਹ ਵੀ ਨਹੀਂ ਕੋਈ ਕਰੂਗੀ ਨਵੀਂ ਪਹਿਲਾ ਪਹਿਲਾ ਜੇ ਕੋਈ ਨਵੀਂ ਆ ਗਈ ਫਿਰ ਪਹਿਲਾ ਕੁਝ ਕਰ ਸਕਦੀ ਐ ਤੇ ਬਾਅਦ ਜੀ ਕੰਮ ਤੇ ਕਰੋਗੇ ਨਹੀਂ ਕਰਨਾ ਪੈਣਾ ਕਰਨਾ ਪਊਗਾ ਜੀ ਹੁਣ ਆਉਣ ਵਾਲਾ ਸਾਰਾ ਜੀ ਉਤ ਪੜਿਆ ਲਿਖਿਆ ਹੈ ਕੰਮ ਤਾਂ ਐ ਵੀ ਪਹਿਲਾਂ ਜਦੋਂ ਕਾਂਗਰਸ ਆਈ ਸੀ 10 ਸਾਲ ਬਾਅਦ ਆਈ ਸੀ ਉਹਨਾਂ ਨੇ ਵੀ ਕਿਹਾ ਸੀ ਅਸੀਂ ਕਰਾਂਗੇ ਨਹੀਂ ਅੱਗੇ ਦੇਖੋ ਜੀ ਪਹਿਲੀ ਜਨਰੇਸ਼ਨ ਥੋੜੀ ਘੱਟ ਪੜ੍ਹੀ ਲਿਖੀ ਸੀ ਆਉਣ ਵਾਲਾ ਯੂਥ ਸਾਰੇ ਹੀ ਮਤਲਬ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਐ ਪੜ੍ਹੀ ਲਿਖੀ ਐ ਅਸੀਂ ਹੁਣ ਸਵਾਲ ਕਰਾਂਗੇ ਜੀ ਉਹਨਾਂ ਨੂੰ ਅੱਗੇ ਆਉਣ ਵਾਲੇ ਟਾਈਮਾਂ 'ਚ ਵੀ ਹਾਂਜੀ ਦੱਸੋ ਕੀ ਕੀਤਾ ਜੀ ਤੁਸੀਂ ਕਿੰਨਾ ਟਾਈਮ ਉਹਨਾਂ ਨੂੰ ਦੋਗੇ ਵੀ ਨਵੀਂ ਸਰਕਾਰ ਜੇ ਬਣਦੀ ਹੈ ਵੀ ਥੋੜਾ ਬਹੁਤਾ ਚਲੋ ਹਿਸਾਬ ਕਿਤਾਬ ਦੇਖਣਾ ਹੁੰਦਾ ਉਸ ਤੋਂ ਬਾਅਦ ਸਾਰਾ ਕੁਝ ਸਿਸਟਮ ਦੇਖੋ ਜੀ ਦੋ ਤਿੰਨ ਸਾਲ ਤਾਂ ਜੀ ਮੰਨ ਕੇ ਲੱਗੇ ਜਾਂਦੇ ਨਹੀਂ ਸਰਕਾਰ ਨੂੰ ਸੈਟਿੰਗ ਕਰਨ ਵਿੱਚ ਵੀਕਾਸ ਕਰਨ ਨੂੰ ਪਰ ਹਾਂਜੀ ਸਾਨੂੰ ਵਿਕਾਸ ਚਾਹੀਦਾ ਏ ਇਸ ਤੋਂ ਆਉਣ ਵਾਲਾ ਸਾਡਾ ਅੱਗੇ ਬੱਚਿਆਂ ਦਾ ਫਿਊਚਰ ਸਾਡਾ ਵਧੀਆ ਹੋ ਜਾਵੇ ਸਾਡਾ ਫਿਊਚਰ ਵਧੀਆ ਹੋ ਜਾਵੇ ਸਾਨੂੰ ਸਹੂਲਤਾਂ ਮਿਲਣ ਪਿੰਡਾਂ 'ਚ ਤੇ ਇਹੀ ਅਸੀਂ ਤਾਂ ਮੰਗ ਕਰਦੇ ਆ ਵੀ ਨਹੀਂ ਤਾਂ ਅਸੀਂ ਫੇਰ ਖੜੇ ਆ ਸਵਾਲ ਸਾਡੇ ਫੇਰ ਖੜੇ ਨੇ ਜੀ ਕੀ ਸਰਕਾਰ ਆ ਗਈ ਕੀ ਸਭ ਤੋਂ ਪਹਿਲਾਂ ਤੁਹਾਡੀ ਕੀ ਮੰਗਾ ਜੇ ਨਵੀਂ ਸਰਕਾਰ ਬਣਦੀ ਆ ਤੇ ਕੀ ਚਾਹੁੰਦੇ ਹੋ ਵੀ ਕੀ ਹੋਵੇ ਪਹਿਲਾਂ ਪਿੰਡ ਤੋਂ ਲੈ ਕੇ ਸਾਡੇ ਪੂਰੇ ਹਲਕੇ ਦੀ ਬੇਰੋਜ਼ਗਾਰੀ ਦਾ ਮੁੱਦਾ ਸਭ ਤੋਂ ਵੱਡਾ ਹੈਗਾ ਸਾਡੇ ਪਿੰਡ ਦੇ ਵਿੱਚ ਵੀ ਘਰ ਘਰ ਬੇਰੋਜ਼ਗਾਰ ਬੈਠੇ ਮੁੰਡੇ ਹਰੇ ਘਰ ਚ ਇੱਕ ਦੋ ਬੰਦਾ ਬੇਰੋਜ਼ਗਾਰ ਹੈ ਜਿਹਦਾ ਕੋਈ ਰੋਜ਼ਗਾਰ ਦਾ ਸਾਧਨ ਨਹੀਂਗਾ ਮੈਂ ਤੁਹਾਨੂੰ ਕਿਹਾ ਸੀ ਘਰ ਘਰ ਨੌਕਰੀ ਤੁਹਾਡੇ ਪਿੰਡ ਚ ਕੋਈ ਪਹੁੰਚੀ ਨਾ ਭਾਈ ਸਾਨੂੰ ਤਾਂ ਮਿਲੀ ਨਹੀਂ ਆਇਆ ਬਾਕੀਆਂ ਤਾਂ ਕਹਿ ਨਹੀਂ ਸਕਦੇ ਤੁਸੀਂ ਇੱਥੇ ਪਤਾ ਕਰ ਲਓ ਪਿੰਡ ਚ ਸਰਵੇ ਕਰ ਲਿਓ ਹਰੇ ਘਰ ਚ ਤੁਹਾਨੂੰ ਇੱਕ ਦੋ ਬੰਦਾ ਬੇਰੋਜ਼ਗਾਰ ਮਿਲ ਜੂਗਾ ਬੜਾ ਬੜਾ ਔਖਾ ਇਸ ਟਾਈਮ ਰੋਜ਼ਗਾਰ ਦੇ ਸਾਧਨ ਬਹੁਤ ਘੱਟ ਹੈ। ਤੁਸੀਂ ਕੀ ਕਰਦੇ ਹੋ? ਸਰ ਸਟੂਡੈਂਟ ਆ ਜੀ। ਕਿਹੜੀ ਕਲਾਸ ਪੜ੍ਹਦੇ? ਸਰ ਬੀਐਸਸੀ ਫਰਸਟイヤー। ਹਾਂ ਜੀ। ਉਹ ਫਿਰ ਆਪਣਾ ਭਵਿੱਖ ਦਿਖ ਰਿਹਾ ਪੰਜਾਬ ਦੇ ਵਿੱਚ? ਨਹੀਂ ਸਰ ਦਿਖ ਨਹੀਂ ਰਿਹਾ ਜੋ ਸਰਕਾਰਾਂ ਦੇ ਹਾਲਾਤ ਹੈ। ਕਿਉਂ? ਸਰ ਕੋਈ ਕੰਮ ਕਰਕੇ ਰਾਜ਼ੀ ਹੋ ਨਹੀਂ ਇੱਥੇ। ਫਿਰ ਤੁਸੀਂ ਹੁਣ ਕਿਵੇਂ ਸੋਚਦੇ ਹੋ ਵੀ ਭਵਿੱਖ ਆਪਣਾ ਕੀ ਵੀ ਕੀ ਦੇਖ ਰਹੇ ਹੋ? ਸਰ ਕੋਈ ਭਵਿੱਖ ਹੀ ਨਹੀਂ ਪੰਜਾਬ ਦਾ। ਸਰਕਾਰਾਂ ਲੁੱਟ ਕੇ ਖਾ ਗਈਆਂ, ਕੋਈ ਨਸ਼ੀਬਾ, ਕੋਈ ਕ੍ਰੇਤਿਮਾ, ਕੋਈ ਫੈਸਿਲਿਟੀ ਨਹੀਂ ਸਾਨੂੰ। ਸਾਰੇ ਬੇਲੇ ਬੈਠੇ ਆ ਜੀ। ਬੇਰੋਜ਼ਗਾਰੀ ਆ। ਇਹ ऑप्शन ਬਚਦੇ ਕਿ ਬਾਹਰ ਨੂੰ ਚਲੇ ਜਾਓਗੇ ਹੋਰ ਤਾਂ ਕੋਈ অপਸ਼ਨ ਹੀ ਨਹੀਂ ਨਜ਼ਰ ਬਾਹਰ ਦੀ ਤਿਆਰੀ ਕਰਨੀ ਹੈ ਤਿਆਰੀ ਤਾਂ ਨਹੀਂ ਕਹਿ ਸਕਦੇ ਸਰ ਜੇ ਸਰਕਾਰ ਚ ਅੱਜ ਦੀ ਆ ਗਈ ਜੂਰੀ ਨੌਕਰੀ ਮਿਲਦੀ ਫਿਰ ਉਰੀ ਕਰ ਲਾਂਗੇ ਹੋਰ ਤਾਂ ਕੋਈ অপਸ਼ਨ ਹੀ ਨਹੀਂ ਹੈ ਕਾਰਾਂ ਦੇ ਤੁਹਾਨੂੰ ਵਾਦੇ ਯਾਦ ਨੇ ਹਰੇਕ ਪਾਰਟੀ ਨੇ ਕਿਹਾ ਕਿ ਅਸੀਂ ਹਰੇਕ ਨੌਕਰੀ ਦਵਾਂਗੇ ਸਰ ਵਾਦੇ ਤਾਂ ਹਰੇਕੇ ਕਰਦੇ ਪੂਰਾ ਤਾਂ ਕੋਈ ਕਰਦਾ ਹੀ ਨਹੀਂ ਸਾਰ ਗੱਲਾਂ ਦੇ ਲੋਟੂ ਹੈ ਜੀ ਵੋਟਾਂ ਲੈਣ ਦੇ ਸਮੇਂ ਵਾਦੇ ਹੁੰਦੇ ਬਾਅਦ ਚ ਭੁੱਲੇ ਜਾਂਦੇ ਕੌਣ ਮੈਂ ਕੌਣ ਤੁਸੀਂ ਹੁਣ ਸਾਰੀਆਂ ਪਾਰਟੀਆਂ ਨੇ ਵੈਸੇ ਨੌਕਰੀ ਦਾ ਵਾਅਦਾ ਤਾਂ ਹੁਣ ਫੇਰ ਕੀਤਾ ਉਹ ਤਾਂ ਪਿਛਲੀ ਵਾਰ ਵੀ ਕਰੇ ਸੀ ਕੋਈ ਪੂਰਾ ਤਾਂ ਕਰਦਾ ਹੀ ਨਹੀਂ ਹੈ ਜੀ ਇਹ ਤਾਂ ਪੂਰੇ ਕਰੇ ਸਾਰੇ ਹਰੇਕ ਮਿੰਟ ਮੈਂ ਬੇਰੋਜ਼ਗਾਰੀ ਹੈ ਜੀ ਪੜੇ ਲਿਖੇ ਵਿਹਲੇ ਬੈਠੇ ਸਾਰੇ ਜਿਵੇਂ ਆਪਾਂ ਗੱਲ ਕਰੀਏ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਸੀਗੇ ਪਹਿਲਾਂ ਉਹਨਾਂ ਨੂੰ ਹਟਾਉਣ ਤੋਂ ਬਾਅਦ ਚੰਨੀ ਬਣਾਤਾ ਦੋਹਾਂ 'ਚੋਂ ਤੁਹਾਨੂੰ ਦੇਖੇ ਠੀਕ ਕਿਹੜਾ ਲੱਗਿਆ ਸਾਨੂੰ ਤਾਂ ਦੋਨੋਂ ਠੀਕ ਨਹੀਂ ਜੀ ਲੱਗੇ ਬਿਲਕੁਲ ਨਹੀਂ ਠੀਕ ਲੱਗੇ ਦੋਨੋਂ ਠੀਕ ਨਹੀਂ ਕੈਪਟਨ ਸਾਹਿਬ ਤਾਂ ਰੂਸਾ ਨੂੰ ਲੱਗੇ ਬੈਠੇ ਰਹੇ ਕੈਪਟਨ ਸਾਹਿਬ ਨੇ ਕਿਹਾ ਕਿ ਮੈਂ 90 ਫੀਸਦੀ ਤੋਂ ਵੱਧ ਕੰਮ ਕੀਤੇ ਜਿਹੜੇ ਮੇਰੇ ਕੰਮਾਂ ਨੂੰ ਚੰਨੀ ਨੇ ਲਾਗੂ ਕਰਵਾਇਆ ਨੇ ਨਹੀਂ ਕੋਈ ਕੰਮ ਨਹੀਂ ਹੋਇਆ ਹੈਗਾ ਬਾਸੂਰੇ ਨਹੀਂ ਹੈਗੀ ਕੋਈ ਨਹੀਂ ਹੈਗਾ ਹੁਣ ਦੇਖੋ ਆ ਨੌਜਵਾਨ ਦੱਸ ਰਿਹਾ ਸੀਗਾ ਕਿ ਸਾਡੇ ਕੋਲ ਕੋਈ ਆਪਸ਼ਨ ਨਹੀਂ ਬਚੀ ਬਾਹਰ ਦੀ ਹੈ ਮੈਂ ਤੁਹਾਨੂੰ ਇੱਕ ਹੱਡੀ ਬੀਤੀ ਦੱਸਣ ਲੱਗਿਆ ਤੁਹਾਡੇ ਚੈਨਲ ਮਦੇ ਤੇ ਅਸੀਂ ਆਫਿਸ ਦੇ ਵਿੱਚ ਬੈਠੇ ਖਾਣਾ ਖਾ ਰਹੇ ਸੀ ਦੁਪਹਿਰੇ ਦਾ ਲੰਚ ਤੇ ਮੇਰੇ ਨਾਲ ਤੋਂ ਕਲਿਕ ਸੀ ਜਿਹੜਾ ਫੋਨ ਸੀਟ ਤੇ ਛੱਡ ਕੇ ਹੱਥ ਤੋਂ ਉਣ ਲੈ ਗਿਆ ਤੇ ਮੈਂ ਆਪਣਾ ਟਿਫਨ ਪੈਕ ਕਰਦਾ ਸੀ ਕਿ ਬਾਹਰ ਤੋਂ ਕਾਲ ਆਈ ਯੂਐਸਏ ਤੋਂ ਤੇ ਜਦੋਂ ਕਾਲ ਆਈ ਉਹਨੇ ਮੈਂ ਪਿਕ ਕੀਤਾ ਵੀਡੀਓ ਕਾਲ ਸੀ ਬੱਚੇ ਨੇ ਇਹ ਨਹੀਂ ਦੇਖਿਆ ਕਿ ਕਿਸੇ ਹੋਰ ਨੇ ਫੋਨ ਚੱਕਿਆ ਉਨੇ ਇਹ ਜਿਕੇ ਕਿ ਮੈਂ ਆਪਣੇ ਫਾਦਰ ਨੂੰ ਕਾਲ ਕੀਤੀ ਮੈਂ ਆਪਣੇ ਫਾਦਰ ਨੂੰ ਦੱਸਿਆ ਬੱਚਾ ਬੋਰਡ ਮਾਰ ਕੇ ਹੋਇਆ ਕਿ ਪਾਪਾ ਰਾਤ ਨੂੰ ਮੈਨੂੰ ਡਰ ਲੱਗਦਾ ਜਦੋਂ ਬੱਚੇ ਨੇ ਐਡੀਕ ਚੀਕ ਮਾਰ ਕੇ ਕਿਹਾ ਨਾ ਸਾਡੇ ਕਾਲਜ ਵਿੱਚ ਹੂਕ ਨਿਕਲ ਗਈ ਕਿ ਯਾਰੇ ਹੁਣ ਬੱਚੇ ਕਹਿ ਰਿਹਾ ਉਹਦੇ ਰੋਜ਼ਗਾਰ ਨਹੀਂ ਹੈ ਕੋਈ ਫੈਸਿਲਿਟੀ ਨਹੀਂ ਹੈ ਕੋਈ ਹੈਲਥ ਸਿਸਟਮ ਨਹੀਂ ਹੈ ਬੱਚੇ ਬਾਹਰ ਨੂੰ ਜਾਣ ਨੂੰ ਤਿਆਰ ਹੈ ਹੁਣ ਮੈਂ ਗੱਲ ਕਰਦਾ ਇਹ ਬੱਚੇ ਖੜੇ ਹੈ ਇਨਾਂ ਦੇ ਕੋਲ ਸਾਡਾ ਜਿਹੜਾ ਖੇੜ ਹਲਕਾ ਏ ਮੋਸਟਲੀ 1.5 ਕਿਲੋ ਤੋਂ ਸਟਾਰਟ ਹੋ ਕੇ 7-7.5 ਕਿਲਿਆਂ ਚ ਖਤਮ ਹੋ ਜਾਂਦਾ ਜੀ ਇੰਨੀ ਕੁ ਜ਼ਮੀਨ ਹੈ ਹੁਣ ਸਪੋਜ਼ ਕਰੋ ਬੱਚੇ ਹਰੇਕ ਆਪਣੇ ਪੇਡੈਂਟਸ ਨੂੰ ਕਹਿੰਦੇ ਕਿ ਇੱਥੇ ਰਹਿਣੀ ਹਰ ਇੱਕ ਬੱਚਾ ਪੜ੍ਹੇ ਲਿਖਿਆ ਏ ਇਹ ਬੱਚਾ ਜਿਹੜਾ ਤੁਹਾਡੇ ਨਾਲ ਨੌਜਵਾਨ ਗੱਲ ਕਰ ਰਿਹਾ ਸੀ ਇਹ ਬੀਐਸਸੀ ਕਰ ਰਿਹਾ ਏ ਡੀਏਵੀ ਚੰਡੀਗੜ੍ਹ ਦੇ ਵਿੱਚ ਹੁਣ ਤੁਸੀਂ ਕਹਿ ਰਹੇ ਹੋ ਅਗਲਾ ਕਹਿ ਬਲਿਆ ਕਿ ਆ ਕੇ 20 ਲੱਖ ਦਾ ਕਿੱਲਾ ਵੇਚੇਗਾ ਇੱਕੋ ਕਿੱਲਾ ਸਰ ਉਹਦੇ ਕੋਲ ਉਹ 20 ਲੱਖ ਦਾ ਕਿੱਲਾ ਵੇਚੇਗਾ ਉਹ ਤੋਂ ਬਾਅਦ ਬਾਹਰ ਪੈਸਾ ਲਾਏਗਾ ਬਾਹਰ ਤੋਂ ਜੇ ਉਹਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਉਹਨੂੰ ਬਾਹਰ ਦਾ ਵੀਜ਼ਾ ਨਹੀਂ ਮਿਲਦਾ ਉਹਦੇ ਕੋਲ ਜ਼ਮੀਨ ਵੀ ਨਹੀਂ ਰਹੀ ਉਹਨੂੰ ਉਰੇ ਨੌਕਰੀ ਵੀ ਨਹੀਂ ਹੈ ਉਰੇ ਪੰਜਾਬ ਚ ਇੰਡਸਟਰੀ ਵੀ ਨਹੀਂ ਹੈ ਠੀਕ ਹੈ ਜੀ ਉਹਦੀ ਜ਼ਮੀਨ ਵੀ ਨਹੀਂ ਰਹੀ ਉਹਦਾ ਪੈਸਾ ਵੀ ਨਹੀਂ ਰਿਹਾ ਕਿਉਂਕਿ ਜਿਹੜਾ ਵਿਦੇਸ਼ ਆ ਉਹ ਆਪਣੀ ਮਰਜ਼ੀ ਦੇ ਨਾਲ ਤੁਹਾਡਾ ਪੈਸਾ ਮੋੜੇਗਾ ਮੋੜੇ ਇਹ ਨਾ ਮੋੜੇ ਹੋਈ ਇੱਕੋ ਬਰਾਬਰ ਹੈ ਉਰੇ ਇੰਡਸਟਰੀ ਆਉਣੀ ਚਾਹੀਦੀ ਹੈ ਕਿ ਜਿਵੇਂ ਹੁਣ ਪਾਰਟੀਆਂ ਇੱਕ ਇੱਕ ਸਵਾਲ ਆ ਇੱਕ ਜਿਵੇਂ ਪਾਰਟੀਆਂ ਨੇ ਹੁਣ ਕਿਹਾ ਕਿ ਅਸੀਂ ਬਾਹਰ ਜਾਣ ਤੋਂ ਰੋਕਾਂਗੇ ਆਮ ਆਦਮੀ ਪਾਰਟੀ ਨੇ ਵੀ ਕਿਹਾ ਹੈ ਅ ਚਲੋ ਅਕਾਲੀ ਦਲ ਦਾ ਵਾਅਦਾ ਇਹੀ ਹੈ ਕਿ ਅਸੀਂ 10 ਲੱਖ ਤੱਕ ਦੇਵਾਂਗੇ ਵਿਆਜ ਫਰੀ ਦੇਵਾਂਗੇ ਅਕਾਲੀ ਦਲ ਨੂੰ ਇੱਕ ਕੁਐਸਚਨ ਹੈ ਜੀ ਮੇਰਾ ਛੋਟਾ ਜਿਹਾ ਕੁਐਸਚਨ ਹੈ ਅਕਾਲੀ ਦਲ ਕਹਿੰਦਾ ਅਸੀਂ ਹੁਣ 10 ਲੱਖ ਨੌਕਰੀ ਦੇਵਾਂਗੇ ਫਲਾਣਾ ਘੜਾ ਘਟੀੜਾ ਕਰਾਂਗੇ ਪਹਿਲਾਂ ਉਹਨਾਂ ਦੀ 10 ਸਾਲ ਸਰਕਾਰ ਰਹੀ ਹੈ ਜੀ ਉਦੋਂ ਕਿਉਂ ਨਹੀਂ ਕਰ ਲਿਆ ਉਹਨਾਂ ਨੇ ਉਦੋਂ ਵੀ ਇਹੀ ਪੰਜਾਬ ਸੀ ਦੂਜੀ ਗੱਲ ਬਾਈ ਜੀ ਤੁਸੀਂ ਜੇ ਵਿਕਾਸ ਦੀ ਗੱਲ ਕਰਦੇ ਹੋ ਨਾ ਤੁਸੀਂ ਇਹ ਸੋਚ ਕੇ ਚੱਲੋ ਵੀ ਜੇ ਸਾਡੇ ਇਸ ਪਿੰਡ 'ਚ ਵਿਕਾਸ ਨਹੀਂ ਹੋਇਆ ਅਸੀਂ ਚੰਡੀਗੜ੍ਹ ਦੇ ਨਾਲ ਰਹਿੰਦੇ ਹਾਂ ਸਾਨੂੰ 10 ਕਿਲੋਮੀਟਰ ਇੱਥੋਂ ਚੰਡੀਗੜ੍ਹ ਹੈ ਜੇਕਰ ਚੰਡੀਗੜ੍ਹ ਨਾਲ ਤਾ ਵਾਜੀ ਪੰਜਾਬ ਚ ਕੀ ਹਾਲ ਹੋਊਗਾ ਛੋਟੀ ਜੀ ਗੱਲ ਐ ਇੱਕ ਸੋਚ ਕੇ ਦੇਖੋ ਕਿ ਜਦੋਂ ਚੰਡੀਗੜ੍ਹ ਤੋਂ 10 ਕਿਲੋਮੀਟਰ ਦੇ ਨੇੜੇ ਤੇੜੇ ਦੇ ਪਿੰਡਾਂ ਚ ਵਿਕਾਸ ਨਹੀਂ ਹੋਇਆ ਜਿਹਨੂੰ ਆਪਾਂ ਏਸੀਟੀ ਮੰਨਦੇ ਆਂ ਚੰਡੀਗੜ੍ਹ ਨੂੰ ਆਪਾਂ ਸਭ ਤੋਂ ਖੂਬਸੂਰਤ ਸਹਿਰ ਸ਼ਹਿਰ ਮੰਨਦੇ ਆਂ ਉਹਦੇ ਨੇੜੇ ਵਿਕਾਸ ਨਹੀਂ ਹੋਇਆ ਉਹਦੇ ਨੇੜੇ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਬੁਰਾ ਹਾਲ ਐ ਜਿਹਨੂੰ ਆਪਾਂ ਪੰਜਾਬ ਦੀ ਰਾਜਧਾਨੀ ਕਹਿੰਦੇ ਆਂ ਤਾਂ ਪਿੱਛੇ ਪਿੰਡਾਂ ਚ ਕੀ ਹਾਲ ਹੋਊਗਾ ਜੀ ਸਾਡਾ ਤਾਂ ਹਰ ਹਲਕਾ ਫੇਰ ਚੰਡੀਗੜ੍ਹ ਦੇ ਨਾਲ ਲੱਗਦਾ ਜਿਹੜੇ ਬਾਕੀ ਹਲਕੇ ਉੱਥੇ ਕੀ ਹਾਲ ਹੋਊਗਾ ਦੇਖੋ ਜੀ ਤੁਸੀਂ ਕਾਲੀ ਦਲ ਦੀ ਗੱਲ ਕੀਤੀ ਕਾਂ ਕਾਲੀ ਦਲ ਕਹਿੰਦਾ ਕਿ ਅਸੀਂ 10 ਲੱਖ ਰੁਪਇਆ ਬਿਨਾਂ ਵਿਆਜ ਤੋਂ ਦਵਾਂਗੇ ਮੈਂ ਤੁਹਾਡੇ ਸਾਹਮਣੇ ਰਾਜੀ ਸੁਖਵੀਰ ਬਾਦਲ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਕਿਉਂ ਲੋਕ ਕਹਿਣਾ ਚਾਹੁੰਦਾ ਕਿਉਂ ਲੋਕਾਂ ਦਾ ਮੂਰਖ ਬਣਾ ਰਹੇ ਲੋਕ ਪੜ ਗਿਆ ਹੈ ਸੈਂਟਰ ਗਵਰਨਮੈਂਟ ਦੇ ਬੈਂਕ ਹੈਗੇ ਆ ਕਿੱਦਾਂ ਪੂਰਾ ਕਰ ਲੈਣਗੇ ਵਿਆਜ ਕਿੱਦਾਂ ਮਾਫ ਕਰ ਦੇਣਗੇ ਜੀ ਅਸੀਂ 300 ਕਰੋੜ ਦੇ ਪਹਿਲਾਂ ਹੀ ਕਰਜ਼ੇ ਹੋਏ ਹੋਏ ਆ ਕਿ 3 ਲੱਖ ਕਰੋੜ ਦੇ ਮੈਨੂੰ ਦੱਸਣਾ ਸੁਖਵੀਰ ਸਾਹਿਬ ਬਾਦਲ ਸਾਹਿਬ ਵੀ ਕਿੱਦਾਂ ਹੋਊਗਾ ਇਹ 90 ਤੱਕ ਸਾਡੇ ਪੰਜਾਬ ਤੇ ਕੋਈ ਕਰਜ਼ਾ ਨਹੀਂ ਸੀ 91 ਵਿੱਚ 3300 ਕਰੋੜ ਦਾ ਕਰਜ਼ਾ ਹੋਇਆ ਸਾਡੇ ਗਾਲ ਉਸ ਤੋਂ ਬਾਅਦ ਮੈਂ ਇੰਦਰ ਕੁਮਾਰ ਗੁਜਰਾਲ ਜੀ ਨੇ ਪੰਜਾਬ ਦਾ ਸਾਰਾ ਕਰਜ਼ਾ ਮਾਫ਼ ਕਰਤਾ ਉਸ ਤੋਂ ਬਾਅਦ ਮੈਂ ਪ੍ਰਕਾਸ਼ ਸਿੰਘ ਬਾਦਲ ਤੇ ਕਾਂਗਰਸ ਦੀ ਸਰਕਾਰ ਇਹ ਕੈਪਟਨ ਸਾਹਿਬ ਦੀ ਐਨ ਐਨ ਐ 3 ਲੱਖ ਕਰੋੜ ਰੁਪਈਆ ਜਿਹੜਾ ਸਾਡੇ ਸਿਰ ਕਰਜ਼ਾ ਚੜਾਇਆ ਹੁਣ ਸੁਖਵੀਰ ਬਾਦਲ ਸਾਹਿਬ ਮੈਨੂੰ ਤੁਸੀਂ ਦੱਸੋ ਕਿ ਸੁਖਵੀਰ ਬਾਦਲ ਸਾਹਿਬ ਕਿੱਦਾਂ ਕਹਿੰਦੇ ਐ ਕਿ ਮੈਂ ਵਿਆਜ ਛੱਡਦਾਗਾ ਕਿੱਦਾਂ ਛੱਡਣਗੇ ਕਿ ਸੁਖਵੀਰ ਸਾਹਿਬ ਕਿਉਂਕਿ ਕਰੋੜਾਂ ਚ ਵਧ ਗਈ ਜੀ ਇਹਨਾਂ ਤਾਂ ਪੰਜਾਬ ਦੀ ਜਿਦਾਦ ਕਿਉਂ ਕੱਟ ਗਈ ਪੰਜਾਬ 'ਚ ਸਿਰ ਪੰਜਾਬ ਸਿਰ ਕਰਜ਼ਾ ਕਿਵੇਂ ਵਧ ਗਿਆ ਇਹਨਾਂ ਦੀ ਜਿਦਾਦਾਂ ਤਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਪੰਜਾਬ ਦੇ ਲੋਕਾਂ ਦਾ ਕਰਜ਼ਾ ਵਧ ਰਿਹਾ ਹੈ ਸਰਕਾਰੀ ਜਿਦਾਦਾਂ ਸਾਰੀਆਂ ਨਾਮ ਕਰਤੀਆਂ ਇਹਨਾਂ ਨੇ ਛੱਡੀ ਕਿਹੜੀ ਹੈ ਜੀ ਕੋਈ ਵੀ ਨਹੀਂ ਛੱਡੀ ਹੈ ਨੰਬਰ 2 ਇਹ ਕਹਿੰਦੇ ਸੀ ਕਹਿੰਦੇ ਸੀ ਭਾਜਪਾ ਨਾਲ ਗੱਠ ਜੋੜ ਨਹੀਂ ਕਰਦੇ ਅੱਜ ਵੋਟਾਂ ਖਤਮ ਹੁੰਦੇ ਸਾਰ ਸ਼ਾਮ ਨੂੰ ਬਿਆਨ ਆ ਗਿਆ ਜੀ 6 ਵਜੇ ਤੋਂ ਬਾਅਦ ਕਹਿੰਦੇ ਜੇ ਲੋੜ ਪਈ ਤਾਂ ਗੱਠ ਜੋੜ ਕਰਾਂਗੇ ਭਾਜਪਾ ਨਾਲ ਇਹਨਾਂ ਦਾ ਕੋਈ ਦੀਨਮਾਨ ਹੈ ਨਹੀਂ ਬਾਈ ਜੀ ਸਿੱਧੀ ਸਾਫ਼ ਸਪਸ਼ਟ ਗੱਲ ਹੈ ਇਹਨਾਂ ਨੂੰ ਕੰਮ ਸਿਰਫ ਇੰਨਾ ਕ ਹੈ ਸਰਕਾਰ ਬਣਾਓ ਪੈਸਾ ਖਾਓ ਲੋਕ ਮਰਦੇ ਮਰਨ ਜੋ ਹੁੰਦਾ ਹੋਵੇ ਇਹਨਾਂ ਨੂੰ ਕਿਸੇ ਤੱਕ ਕੋਈ ਮਤਲਬ ਨਹੀਂਗਾ ਜੇ ਨਵੀਂ ਕੋਈ ਸਰਕਾਰ ਬਣਦੀ ਹੈ ਉਹ ਤੋਂ ਤੁਸੀਂ ਕੀ ਮੰਗ ਕਰਦੇ ਹੋ ਕਿ ਕਿਹੜੇ ਕੰਮ ਹੋਣੇ ਚਾਹੀਦੇ ਨਵੀਂ ਸਰਕਾਰ ਬਣਦੀ ਉਹਨਾਂ ਤਾਂ ਪਹਿਲੀ ਗੱਲ ਬੱਚਿਆਂ ਦੀ ਪੜ੍ਹਾਈ ਸਿੱਖਿਆ ਨੰਬਰ 2 ਮੈਡੀਕਲ ਸਹੂਲਤ ਵਧੀਆ ਹੋਣੀ ਚਾਹੀਦੀ ਹੈ ਤੇ ਪਿੰਡ ਦੇ ਵਿੱਚ ਵਿਕਾਸ ਹੋਣਾ ਚਾਹੀਦਾ ਹੈ ਜਿਵੇਂ ਗਰਾਊਂਡ ਵਧੀਆ ਹੋਣੀ ਚਾਹੀਦੇ ਬੱਚੇ ਮੈਦਾਨ ਖੇਡਣੇ ਵਾਤੇ ਪਿੰਡ ਦੇ ਵਿੱਚ ਕਲੀਨਿਕ ਹੋਣਾ ਚਾਹੀਦਾ ਸਾਡੇ ਪਿੰਡ ਚ ਕਲੀਨਿਕ ਨਹੀਂ ਹੈ ਤੇ ਪਿੰਡ ਦੇ ਵਿੱਚ ਜਿਮ ਜ਼ਰੂਰੀ ਹੋਣਾ ਚਾਹੀਦਾ ਇਹ ਮੈਂ ਪੰਚਾਇਤ ਨੂੰ ਵੀ ਅੱਗੇ ਵੀ ਕਹਿੰਦਾ ਹਾਂ ਕਿ ਜਿਮ ਜ਼ਰੂਰੀ ਹੋਣਾ ਚਾਹੀਦਾ ਪਿੰਡ ਦੇ ਵਿੱਚ ਪਰ ਕਿਸੇ ਨੇ ਮੇਰੀ ਗੱਲ ਤੇ ਉਹ ਨਹੀਂ ਕੀਤਾ ਮੈਨੂੰ 3 ਸਾਲ ਹੋ ਗਏ ਪੰਚਾਇਤ ਨੂੰ ਕੁਝ ਨਹੀਂ ਮੇਰੇ ਗੱਲ ਦਾ ਉਹ ਨਹੀਂ ਕੀਤਾ ਹੈਗਾ ਕਾਂਗਰਸ ਦਾ ਵੀ ਇੱਕ ਵਾਦਾ ਸੀਗਾ ਕਿ ਉਹਨਾਂ ਨੇ ਕਿਹਾ ਸੀ ਕਿ ਹਰ ਪਿੰਡ 'ਚ ਸਟੇਡੀਅਮ ਹਰ ਪਿੰਡ 'ਚ ਜਿਮ ਆ ਦੇਖੋ ਸਟੇਡੀਅਮ ਇਹ ਦੇਖੋ ਸਟੇਡੀਅਮ ਦੇ ਇੱਕ ਆ ਦੇਖੋ ਹਾਲਤ ਕੀ ਹੈ ਸਟੇਡੀਅਮ ਦੀ ਕੀ ਬਗਸ ਅਸੀਂ ਅੱਜ ਅੱਜ ਸਨ 8 ਸਾਲੋਂ ਨੌਕਰੀ ਕਰਦੇ ਨੂੰ ਜਦੋਂ ਅਸੀਂ ਖੇਡਦੇ ਸੀ ਨਾ ਅਸੀਂ ਸਟੇਡੀਅਮ ਵਧੀਆ ਹੁੰਦਾ ਸੀ ਅਸੀਂ ਆ ਉਹ ਤੋਂ ਬਾਅਦ ਕਿਸੇ ਨੇ ਕੁਝ ਨਹੀਂ ਦੇਖਿਆ ਕੋਈ ਪੰਚਾਇਤ ਨੇ ਕਿਸੇ ਖਿਆਲ ਨਹੀਂ ਕੀਤਾ ਹੈਗਾ ਤੇ ਮੇਨ ਗੱਲ ਆਈ ਹੈ ਕਿ ਪਿੰਡ ਦੇ ਵਿੱਚ ਬੱਸ ਜਿਹੜਾ ਪਹਿਲਾਂ ਲੱਗੀ ਹੋਈ ਸੀ ਉਹ ਹੀ ਬਿਲਕੁਲ ਬੰਦ ਹੋ ਗਈ ਆਪਾਂ ਕਿਉਂ ਇਹਨਾਂ ਨੂੰ ਯਾਰ ਐਮਐਲਏ ਨੂੰ ਬੁਲਾਉਂਦੇ ਹੋਰੇ ਵ ਆ ਆਪਣੇ ਆਪਾਂ ਗਲਤਾਂ ਨੇ ਵਿੱਚ ਆਪਣੀ ਪੰਚਾਇਤ ਦੇ ਗਲਤ ਹੈ ਨਾ ਹੈ ਨਾ ਮਾਰੋ ਛਿੱਤਰ ਹੈ ਰਹਿਣਾਂ ਦਾ ਵੋਟਾਂ ਤੁਹਾਡੇ ਅਕੋਰਡਿੰਗ ਕਿਵੇਂ ਵਿਕਾਸ ਕਿਵੇਂ ਹੋ ਸਕਦਾ ਦੇਖੋ ਵਿਕਾਸ ਤਾਂ ਸਰਕਾਰਾਂ ਨੇ ਕਰਨਾ ਜੀ ਅਸੀਂ ਤਾਂ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕਦੇ ਹਾਂ ਜੀ ਵੀ ਸਾਡਾ ਵਿਕਾਸ ਕਰੋ ਤੇ ਮੇਰਾ ਦੂਜੀ ਗੱਲ ਇਹ ਹੈ ਜੀ ਸਾਡੇ ਮੋਸਟਲੀ ਜ਼ਿਆਦਾ ਬੱਚੇ ਪ੍ਰਾਈਵੇਟ ਸੈਕਟਰ ਚ ਜੋਬ ਕਰਦੇ ਨੇ ਜੀ ਤੇ ਉਹਨਾਂ ਦੀਆਂ ਸੈਲਰੀਆਂ ਬਿਲਕੁਲ ਨਹੀਂ ਹੈ ਬੇਸਿਕ ਪੇ 8-9000 ਹੈ ਬਾਕੀ ਹੋਰ ਪਾ ਕੇ 12000 10-12000 ਸੈਲਰੀ ਹੈ ਜੀ ਤੇ ਦੇਖੋ ਆਮਦਨ ਘੱਟ ਹੈ ਜੀ ਖਰਚੇ ਮਤਲਬ ਕਿ ਖਰਚੇ ਜ਼ਿਆਦਾ ਨੇ ਜੀ ਸੈਲਰੀ ਚ ਇੰਨੀ ਚ ਕੁਝ ਨਹੀਂ ਬਣਦਾ ਜੀ ਜਦੋਂ ਜੇ ਨਵੀਂ ਸਰਕਾਰ ਆਉਂਦੀ ਹੈ ਵਿਕਾਸ ਕਰਨਾ ਚਾਹੁੰਦੀ ਹੈ ਤਾਂ ਪ੍ਰਾਈਵੇਟ ਸੈਕਟਰ ਚ ਜੋ ਸਾੜੇ ਜੋਬ ਕਰਦੇ ਨੇ ਉਹਨਾਂ ਦੀ ਬੇਸਿਕ ਪੇ ਵਧਾਉਣੀਆਂ ਚਾਹੀਦੀਆਂ ਨੇ ਜੀ ਤੁਸੀਂ ਸਾਰੀਆਂ ਪਾਰਟੀਆਂ ਦੇ ਮੈਨੀਫੈਸਟੋ ਵੀ ਪੜੇ ਹੋਣੇ ਇਸ ਵਾਰੀ ਫਿਰ ਲੱਗਦਾ ਕਿ ਕਿਸੇ ਮੈਨੀਫੈਸਟੋ ਨੂੰ ਦੇਖ ਕੇ ਕਿ ਜਿਹੜੀ ਤੁਸੀਂ ਡਿਮਾਂਡ ਕਰ ਰਹੇ ਹੋ ਉਹ ਪੂਰੇ ਹੋ ਰਹੇ ਨੇ ਨੇ ਮੈਨੀਫੈਸਟੋ ਦਾ ਸਾਰੇ ਹੀ ਮਤਲਬ ਕਿ ਦੇ ਰਹੇ ਨੇ ਜੀ ਆਪਣੇ ਪਰ ਅਸੀਂ ਜੇ ਉਹ ਨਵੀਂ ਸਰਕਾਰ ਆ ਰਹੀ ਹੈ ਜੀ ਬਣਨ ਜਾ ਰਹੀ ਹੈ ਪੰਜਾਬ 'ਚ ਸਾਡੀ ਉਹਨਾਂ ਮੂਰੇ ਹੱਥ ਜੋੜ ਕੇ ਬੇਨਤੀ ਹੈ ਜੀ ਸਾਡੇ ਪ੍ਰਾਈਵੇਟ ਸੈਕਟਰ ਵਾਲੇ ਦੇਖੋ ਜੀ 12 10 12000 ਹੈ ਜੀ ਤੇ ਕੰਪਨੀਆਂ 8 8 12 12 ਘੰਟੇ ਉਹਨਾਂ ਤੋਂ ਕੰਮ ਕਰਾਉਂਦੀਆਂ ਤੱਕਾ ਕਰਦੀਆਂ ਨੇ ਜੀ ਪੂਰਾ ਉਹ ਉਹਨਾਂ ਦੀ ਫੀਲਡ ਕੋਈ ਹੋਰ ਹੁੰਦੀ ਹੈ ਜੀ ਕੰਮ ਉਹਨਾਂ ਨੂੰ ਹੋਰ ਦਿੱਤੇ ਜਾਂਦੇ ਆ ਜੀ ਮਤਲਬ ਕਿ ਉੱਪਰੋਂ ਦਬਕੇ ਮਾਰਦੇ ਨੇ ਜੀ ਜੋ ठेकेदारਾਂ ਦੇ ਅੱਗੇ ਕੰਟਰੈਕਟ ਹੁੰਦੇ ਆ ਜੀ ਉਹ ਕਹਿੰਦੇ ਵੀ ਤੁਸੀਂ ਕੰਮ ਕਰਨਾ ਕਰੋ ਨਹੀਂ ਸਾਡੇ ਕੋਲ ਬੰਦੇ ਬਥੇਰੇ ਛੁੱਟੀ ਕਰੋ ਜੀ ਠੀਕ ਹੈ ਜੀ ਮਤਲਬ ਕਿ ਹਰ ਤਰ੍ਹਾਂ ਦਾ ਕੰਮ ਕਰਵਾਉਂਦੇ ਨੇ ਜੀ ਫੀਲਡ ਕੋਈ ਹੋਰ ਹੁੰਦੀ ਹੈ ਜੀ ਤੇ ਸੈਲਰੀਆਂ ਦੇਖੋ ਜੀ 20 25 25 ਤਰੀਕ ਚਲੇ ਜਾਂਦੀ ਹੈ ਜੀ ਦੋ ਦੋ ਮਹੀਨੇ ਦੀ ਸੈਲਰੀਆਂ ਪੈਂਡਿੰਗ ਹੁੰਦੀਆਂ ਸੈਲਰੀ ਨਹੀਂ ਪਾਉਂਦੇ ਜੀ ਦੱਸੋ ਅਸੀਂ ਕਿੱਥੇ ਖਰਚਾ ਕਰਨਾ 12000 ਵਾਲੇ 15000 ਵਾਲੇ ਨੇ ਜੀ ਇਸ ਲਈ ਪ੍ਰਾਈਵੇਟ ਸੈਕਟਰ 'ਚ ਸਾਡੀ ਸੈਲਰੀ ਦਾ ਮਤਲਬ ਕਿ ਇਸ਼ੂ ਜ਼ਰੂਰੀ ਹੈ ਕਾਂਗਰਸ ਨੂੰ ਤੁਸੀਂ ਦੱਸੋ ਜੇ ਗੱਲ ਕਰੀਏ ਪਿਛਲੇ 5 ਸਾਲਾਂ 'ਚ ਕਿੰਨੇ ਨੰਬਰ ਦਿੰਦੇ 0 ਕਾਂਗਰਸ ਨੇ ਵੀ ਕਾਲੀ ਨੂੰ ਵੀ 0 ਯਾਰ 70 ਸਾਲ ਹੋ ਗਏ ਆਪਣੇ ਦੇਸ਼ ਜਦੋਂ ਇਹਨੂੰ 25 26 ਸਾਲ ਕੋ ਕਾਂਗਰਸ ਕਾਲੀ ਬਣਦੀ ਜਾ ਰਹੀ ਹੈ ਆਪਸ ਵਿੱਚ ਪਿੰਡ ਦੇ ਪੰਚਾਇਤ ਗ੍ਰਾਂਟ ਆਂਦੀ ਵੀ ਹੈ ਪਰ ਸਾਨੂੰ ਦੱਸਿਆ ਨਹੀਂ ਜਾਂਦਾ ਸਭ ਕੁਝ ਆਂਦਾਰ ਪਿੰਡ ਦੇ ਵਿੱਚ ਸਭ ਕੁਝ ਸਾਰੀ ਆਂਦੀ ਗ੍ਰਾਂਟ ਹੋਵੇ ਵੀ 7 ਲੱਖ ਰੁਪਏ ਆਏ ਵੀ ਹੈ ਜਿਹੜਾ ਇਹ ਮੇਰੇ ਬਲਾਇਆ ਚੰਨੀ ਚੰਨੀ ਸੋਰੀ ਐਮਐਲਏ ਨੇ ਆਪਣਾ ਟਿੰਕੂ ਕੋਈ ਕਾਂਗਰਸ ਦਾ ਖੜਾ ਹੋਇਆ ਉਹ ਬੰਦਾ ਸਾਨੂੰ ਆਪ ਦੱਸ ਕੇ ਗਿਆ ਉਹ ਸਰਪੰਚ ਸਾਹਿਬ ਪਿੰਡ ਦੇ ਕਿੰਨੀ ਕਿੰਨੀ ਗ੍ਰਾਂਟ ਆਈ 7 ਲੱਖ ਆਈ ਕਿ 9 ਲੱਖ ਆਈ ਸਾਨੂੰ ਕੁਝ ਨਹੀਂ ਤਾਂ ਪਤਾ ਬੰਦੇ ਨੇ ਸਾਨੂੰ ਦੱਸਿਆ ਨਹੀਂਗਾ ਸਾਹਿਬ ਠੀਕ ਹੈ ਕੋਈ ਪਿੰਡ ਦਾ ਵਿਕਾਸ ਨਹੀਂ ਹੋਇਆ ਤੁਸੀਂ ਆਪਣੇ ਆਪ ਦੇਖੋ ਅੱਗੇ ਬੱਸ ਲੱਗੀ ਹੋਈ ਸੀ ਉਹ ਵੀ ਬੰਦ ਚੱਲ ਰਹੀ ਜਾਣਾ ਕਿਵੇਂ ਚੱਲ ਰਹੀ ਹੈ ਆਪਣੀ ਪੰਚਾਇਤ ਠੀਕ ਨਹੀਂ ਨਾ ਹੈਗੀ ਪੰਚਾਇਤ ਠੀਕ ਹੋਵੇ ਸਭ ਕੁਝ ਹੋਵੇ ਵਧੀਆ ਪਰ ਤੁਹਾਨੂੰ ਲੱਗਦਾ ਕਿ ਫਿਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਅੱਗੇ ਤੋਂ ਠੀਕ ਹੋਣਗੀਆਂ ਜੇ ਕਿਸਾਨ ਅੰਦੋਲਨ ਵੀ ਸੀਗਾ ਉਹਨੇ ਲੋਕਾਂ ਨੂੰ ਗੱਲ ਕਰਨ ਦੀ ਵੀ ਗੱਲ ਜਿਹੜੀ ਸੀ ਕਿ ਹੌਸਲਾ ਦਿੱਤਾ ਕਿ ਇਸ ਤਰ੍ਹਾਂ ਦੇ ਨਾਲ ਆਪਣੀਆਂ ਮੰਗਾਂ ਮਨਵਾਈਆਂ ਜਾ ਸਕਦੀਆਂ ਨੇ ਫਿਰ ਪਿੰਡ ਦੇ ਲੋਕਾਂ ਨੇ ਅੱਗੇ ਜਾ ਕੇ ਕਿਉਂ ਨਹੀਂ ਗੱਲ ਨਹੀਂ ਦੇਖੋ ਜੀ ਗੱਲ ਇਹ ਹੈਗੀ ਆ ਬਿਲਕੁਲ ਇਹਨਾਂ ਨੇ ਠੀਕ ਗੱਲ ਕੀਤੀ ਹੈ ਕਿ ਟੀੰਕੂ ਸ਼ਰਮਾ ਜੀ ਨੇ ਆ ਕੇ ਕਿਹਾ ਜੀ ਕਿ ਸੀ 9 ਲੱਖ ਦਿੱਤੀ ਹੈ ਕਿ 7 ਲੱਖ ਦਿੱਤੀ ਹੈ ਉਹ ਜਿਹੜੀ ਚੰਨੀ ਸਾਹਿਬ ਨੇ ਜੋਣ ਚਾਪਤਾ ਲੱਗਣ ਤੋਂ ਇੱਕ ਦਿਨ ਪਹਿਲੇ ਚੈੱਕ ਕੱਟ ਕੇ ਪੰਚਾਇਤ ਨੂੰ ਦਿੱਤਾ ਹੈਗਾ ਜਿਹੜਾ ਹਜੇ ਤੱਕ ਅਕੜ ਕਲੀਅਰ ਨਹੀਂ ਹੋਇਆ ਹੈਗਾ ਕਿ ਉਹ ਸਿਰਫ 2 ਦਿਨ ਪਹਿਲਾਂ 1 ਕਿ ਜਾਂ 2 ਦਿਨ ਪਹਿਲਾਂ ਚੈੱਕ ਕੱਟ ਗਿਆ ਚੰਨੀ ਸਾਹਿਬ ਨੇ ਸਾਈਨ ਕਰਕੇ ਦਿੱਤੇ ਹੈ ਕਿ ਅਸੀਂ ਆ ਤੁਹਾਡੀ ਪੰਚਾਇਤ ਨੂੰ ਆ ਜਿਹੜਾ 7 ਲੱਖ ਰੁਪਏ ਦਾ ਚੈੱਕ ਦਿੰਦੇ ਆ ਬਾਕੀ 7 ਲੱਖ ਦਾ ਚੈੱਕ ਆਇਆ ਪਰ ਹਜੇ ਤੱਕ ਉਹ ਪਾਸ ਨਹੀਂ ਹੋਇਆ ਕਿਉਂਕਿ ਚੋਣ ਜਾਬਤਾ ਚੱਲ ਰਿਹਾ ਹੈਗਾ ਉਸ ਤੋਂ ਪਹਿਲਾਂ ਕੋਈ ਪੰਚਾਇਤ ਨੂੰ ਨਹੀਂ ਪੈਸਾ ਆਇਆ ਐਦਾਂ ਦੀ ਕੋਈ ਗੱਲ ਨਹੀਂ ਹੈ ਦੱਸ ਦੇ ਹੈਗੇ ਆ ਕੋਈ ਪੰਚਾਇਤ ਨੂੰ ਪੈਸਾ ਨਹੀਂ ਆਇਆ ਹੈਗਾ ਐਦਾਂ ਦਾ ਇਹ ਵੀ ਹੈ ਜਿਹੜਾ ਆਹ ਗਰਾਊਂਡ ਜਿੱਥੇ ਖੜੇ ਆ 2002 ਦੇ ਵਿੱਚ ਅਸੀਂ ਘਰ ਵਰਤੀ 1000 1000 ਰੁਪਏ ਦੀ ਟਾਲ ਲਾ ਕੇ ਉਹ ਲਾਇਆ ਸੀਗਾ ਹੁਣ ਜਿਹੜੀ ਅਸੀਂ ਵੋਟ ਪਾਈ ਹੈਗੀ ਇਹ ਬਦਲਾਅ ਦੇ ਨਾਮ ਨੂੰ ਵੋਟ ਪਾਈ ਹੈ ਮੁੰਡਿਆਂ ਨੇ ਨੌਜਵਾਨ ਬਿਲਕੁਲ ਠੀਕ ਦੱਸ ਰਿਹਾ ਮੈਂ ਵੀ ਪ੍ਰਾਈਵੇਟ ਇੰਡਸਟਰੀ 'ਚ ਕੰਮ ਕਰਦਾ 8800 ਰੁਪਏ ਤੋਂ ਸਟਾਰਟ ਕਰਕੇ ਇਹ ਰਕ 1000 ਰੁਪਏ ਤੱਕ ਇਹਨਾਂ ਨੂੰ ਟੋਟਲ ਦਿੱਤਾ ਜਾਂਦਾ ਜਿਹੜੀ ਨਵੀਂ ਉਹ ਕਰਦੇ ਹੈ ਕਿਉਂਕਿ ਹੁਣ ਅਸੀਂ ਸਾਰੇ ਨੌਜਵਾਨਾਂ ਨੂੰ ਇਹੀ ਪੰਜਾਬ ਦੇ ਵਿੱਚ ਗਿਆ ਕਿ ਆਪਾਂ ਅਸੀਂ ਬਤਲਾਉ ਨੂੰ ਵੋਟ ਪਾਣੀ ਹੈ ਕਿ ਸਾਨੂੰ ਜਿੱਦਾਂ ਦਿੱਲੀ ਦੇ ਵਿੱਚ 14.5 ਤੋਂ 18000 ਡੀਸੀ ਗ੍ਰਿਡ ਚੱਲਦਾ ਹੈਗਾ ਉਹ ਸਾਡੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਤਾਂ ਕਿ ਕੁਝ ਜਿਹੜੀ ਨੌਜਵਾਨਾਂ ਤੇ ਮਾਰ ਪੈ ਰਹੀ ਹੈ ਬੇਰੋਜ਼ਗਾਰੀ ਦੀ ਉਹਨੂੰ ਆਪਾਂ ਕਵਰ ਕਰ ਸਕੀਏ ਇਸ ਵਾਰ ਤੁਸੀਂ ਫਿਰ ਚਿਹਰਿਆਂ ਨੂੰ ਦੇਖ ਕੇ ਵੋਟ ਦਿੱਤੀ ਹੈ ਜਾਂ ਪਾਰਟੀਆਂ ਨੂੰ ਦੇਖ ਕੇ ਨਹੀਂ ਅਸੀਂ ਕੇਜਰੀਵਾਲ ਦੇ ਕੰਮਾਂ ਨੂੰ ਦੇਖ ਕੇ ਭਗਵੰਤ ਮਾਨ ਦੀ ਇਮਾਨਦਾਰੀ ਨੂੰ ਦੇਖ ਕੇ ਵੋਟ ਦਿੱਤੀ ਹੈ ਨਾ ਕਿ ਚਿਹਰੇ ਨੂੰ ਵੋਟ ਅਸੀਂ ਇਹ ਦੋ ਕੰਮਾਂ ਨੂੰ ਦਿੱਤੀ ਕਿਉਂਕਿ ਮੈਨੂੰ ਆਫਿਸ ਕੰਨੀ ਤੋਂ ਦਿੱਲੀ ਜਾਣਾ ਪੈਂਦਾ ਬਾਕੀ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਬਾਕੀ ਬਹੁਤ ਵਧੀਆ ਕੰਮ ਕੀਲੇ ਜੇ ਕੰਮ ਕੀਤੇ ਕੰਮ ਕੀਤੇ ਹੈ ਜੋ ਜਿਹੜੀ ਉਹਨਾਂ ਦੀ ਵਿਰੋਧੀ ਪਾਰਟੀਆਂ ਨੇ ਕਹਿੰਦੀਆਂ ਨੇ ਕਿ ਦਿੱਲੀ ਵਾਲਾ ਕੰਮ ਪੰਜਾਬ ਦੇ ਵਿੱਚ ਨਹੀਂ ਹੋ ਸਕਦਾ ਕਿ ਪੰਜਾਬ ਵੱਖਰੀ ਸਟੇਟ ਹੈ ਦਿੱਲੀ ਅਲੱਗ ਹੈ ਦੇਖੋ ਜੀ ਮੈਂ ਤਾਂ ਇਹ ਗੱਲ ਕਹੂੰਗਾ ਤੁਹਾਡੇ ਮੱਦੇਨਜ਼ਰ ਆਹੀ ਪੰਜਾਬ ਦੀ ਉਮਰ 3 ਕ ਸਾਲ ਦੀ ਰਹਿ ਗਈ ਜੇ ਦਿੱਲੀ ਵਾਲਾ ਕੰਮ ਹੋ ਜਵੇ ਤਾਂ ਪੰਜਾਬ ਬਚ ਜਾਏਗਾ ਨਹੀਂ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਕਿਉਂਕਿ ਪੰਜਾਬ ਦੀ ਪਹਿਲੀ ਪੀੜ੍ਹੀ 47 ਹੈਗੀ ਦੂਜੀ 84 ਗਈ ਤੀਜੀ ਚਿੱਟੀ ਨੇ ਖਾਲੀ ਚੌਥੀ ਚਿੱਟੇ ਚ ਲੱਗੀ ਹੋਈ ਹੈ ਪੰਜਵੀਂ ਬਾਹਰ ਨੂੰ ਦੁਰ ਗਈ ਹੈ ਸਾਡੇ ਪੰਜਾਬ ਚ ਬਜ਼ੁਰਗਾਂ ਨੂੰ ਮੋਢਾ ਦੇਣ ਵਾਲਾ ਕੋਈ ਨਹੀਂ ਰਹਿਣਾ ਇਹ ਗਵਰਨਮੈਂਟ ਆ ਪਤਾ ਨਹੀਂ ਕਿਹੜੇ ਰਾਹ ਚੱਲੀਆਂ ਐ ਅਸੀਂ ਤਾਂ ਦਿੱਲੀ ਜਾਂਦੇ ਆ ਦਿੱਲੀ ਦੇਖਿਆ ਇਹ ਦਿੱਲੀ ਦੇ ਵਿੱਚ ਬਹੁਤ ਬਦਲਾਅ ਹੈਗਾ ਏ ਸਾਡੀਆਂ ਰਿਸ਼ਤੇਦਾਰੀਆਂ ਦੇ ਲਈ ਇਸ ਕਰਕੇ ਕੇਜਰੀਵਾਲ ਦੇ ਕੰਮ ਨੂੰ ਦੇਖ ਕੇ ਭਗਵੰਤ ਮਾਨ ਦੀ ਇਮਾਨਦਾਰੀ ਦੀ ਇਮਾਨਦਾਰੀ ਨੂੰ ਦੇਖ ਕੇ ਫਿਰ ਅਸੀਂ ਵੋਟ ਆਪ ਨੂੰ ਦਿੱਤੀ ਹੈ ਇਸ ਕਰਕੇ ਅਸੀਂ ਇਹ ਨਹੀਂ ਦੇਖਿਆ ਕਿ ਇੱਥੇ ਕੌਣ ਖੜਾ ਹੈ ਕੌਣ ਨਹੀਂ ਖੜਾ ਹੈ ਇਸ ਕਰਕੇ ਬਦਲਾਵ ਨੂੰ ਵੋਟ ਦਿੱਤੀ ਅਸੀਂ ਇਸ ਵਾਰੀ ਪਰ ਤੁਸੀਂ ਫਿਰ ਜੇ ਇੱਕ ਆਖਰੀ ਸਵਾਲ ਹੈ ਕਿ ਇੱਕ ਕੰਮ ਸਭ ਤੋਂ ਪਹਿਲਾਂ ਜਿਹੜੀ ਪੂਰੇ ਪੰਜਾਬ ਪੱਧਰ ਤੇ ਚਾਹੁੰਦੇ ਹੋ ਕਿ ਜੇ ਮੰਨ ਲਓ ਆਮ ਆਦਮੀ ਪਾਰਟੀ ਸਰਕਾਰ ਬਣਦੀ ਹੈ ਤਾਂ ਕਿਹੜਾ ਕੰਮ ਹੋਣਾ ਚਾਹੀਦਾ ਦੇਖੋ ਹੈਲਥ ਦਾ ਤੇ ਤੁਹਾਡਾ ਸਿੱਖਿਆ ਦਾ ਸਭ ਤੋਂ ਪਹਿਲਾ ਅਸਰ ਹੋਣਾ ਚਾਹੀਦਾ ਇਹ ਦੋ ਕੰਮ ਹੈ ਬਾਕੀ ਹੋਰ ਸਾਨੂੰ ਪਿੰਡ ਨੂੰ ਗ੍ਰਾਂਟ ਨਹੀਂ ਮਿਲਦੀ ਤਾਂ ਅਸੀਂ ਹੋਰ 4 ਸਾਲ 3 ਸਾਲ ਵੇਟ ਕਰ ਲਾਂਗੇ ਆਪਣੇ ਹਲਕੀ ਦੇ ਐਮਐਲਏ ਦੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਬੈਠ ਕੇ ਹਰ ਇੱਕ ਸਲਾਹ ਕਰ ਲਾਂਗੇ ਪਰ ਲੇਕਿਨ ਜਿਹੜੀ 10 1000 20 2000 ਫੀਸ ਲੁੱਟ ਰਹੀ ਹੈ ਪ੍ਰਾਈਵੇਟ ਸਕੂਲ ਠੀਕ ਹੈ ਜੀ ਉਹ ਤੇ ਇੱਕ ਜਿਹੜੀ ਹੈਲਥ ਹੈਗੀ ਹੈ ਉਹ ਹੋਣਾ ਚਾਹੀਦੀ ਹੈ ਕਿ ਬਸ ਇਹ ਹੀ ਹੈ ਕਿ ਅਸੀਂ ਉਹਨਾਂ ਨੂੰ ਇਹ ਕਹਾਂਗੇ ਕਿ ਜੇ ਗਵਰਨਮੈਂਟ ਆ ਜਾਂਦੀ ਆਪਣੇ ਐਮਐਲਏ ਨੂੰ ਵੀ ਉਹ ਕੈਬਨਿਟ ਚਾਹੁੰਦੀ ਹੈ ਚਾ ਜੋ ਵੀ ਹੁੰਦਾ ਉਹ ਬਾਤ ਦੀ ਗੱਲ ਹੈਗੀ ਹੈ ਪਰ ਸਾਡੀ ਸਾਰਿਆਂ ਦੀ ਇਹੀ ਸੋਚ ਰਹੇਗੀ ਕਿ ਸਿੱਖਿਆ ਨੂੰ ਤੇ ਹੈਲਥ ਨੂੰ ਅਸੀਂ ਪਹਿਲੇ ਨੰਬਰ ਤੇ ਲੈ ਕੇ ਪੰਜਾਬ ਚ ਚੱਲੀਏ ਇਸਨ ਹਲਕਾ ਖਰੜ ਦੇ ਵਾਸੀ ਤੇ ਜਿਨ੍ਹਾਂ ਨੇ ਆਪਣੀ ਗੱਲ ਖੁੱਲ ਕੇ ਰੱਖੀ ਹੈ ਕੱਲ ਕਿਸੇ ਨਵੇਂ ਹਲਕੇ ਦੇ ਵਿੱਚ ਫਿਰ ਹੋਵੇਗੀ ਮੁਲਾਕਾਤ ਉਦੋਂ ਤੱਕ ਦੇ ਲਈ ਮੈਨੂੰ ਦੀ ਇਜਾਜ਼ਤ ਤੁਸੀਂ ਦੇਖਦੇ ਰਹੋ এবੀਪੀ ਸਾਂਝਾ